ਸਵਾਗਤ। ਦੇਸ਼ ਵਿਦੇਸ਼ ਵਿੱਚ ਡੀਡੀ ਪੰਜਾਬੀ ਦੇਖਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਹਮਨਪ੍ਰੀਤ ਜੀ, ਮੈਂ ਹਾਂ ਗਗਨਦੀਪ ਸਿੰਘ। ਯਾਰ, ਗੱਲਾਂ ਤੇ ਗੀਤ ਦੇ ਵਿੱਚ ਇੱਕ ਖਾਸ ਵਿਸ਼ੇ ਦੇ ਨਾਲ ਅਸੀਂ ਰੋਜ਼ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਔਰ ਸੂਝਵਾਨ ਦਰਸ਼ਕ ਸਾਡੇ ਤੱਕ ਪਹੁੰਚਦੇ ਨੇ ਆਨਲਾਈਨ ਜ਼ਰੀਏ। ਬਿਲਕੁਲ ਜੀ, ਸਾਡੇ ਦਰਸ਼ਕ ਸਾਡਾ ਅੱਜ ਦਾ ਵਿਸ਼ਾ ਨੋਟ ਕਰ ਲੈਣ ਤੇ ਸਾਡੇ ਫੋਨ ਨੰਬਰਸ ਨੋਟ ਕਰ ਲੈਣ। ਸਾਡਾ ਅੱਜ ਦਾ ਵਿਸ਼ਾ ਜੀ, ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਖੇਤੀਬਾੜੀ ਵਿੱਚ ਯੋਗਦਾਨ। ਸਾਡੇ ਫੋਨ ਨੰਬਰ 0181 282 8 0181 282 8 4। ਸਾਡੀ ਦਰਸ਼ਕਾਂ ਅੱਗੇ ਗੁਜ਼ਾਰਿਸ਼ ਹੈ, ਜਦੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰੋ, ਆਪਣੇ ਟੀਵੀ ਸੈੱਟ ਦੀ ਆਵਾਜ਼ ਬਿਲਕੁਲ ਬੰਦ ਕਰਕੇ ਫੋਨ ਰਾਹੀਂ ਸਾਡੇ ਨਾਲ ਗੱਲਬਾਤ ਕਰੋ ਜੀ। ਔਰ ਫੋਨ ਰਾਹੀਂ ਗੱਲਬਾਤ ਕਰਨ ਦੇ ਲਈ ਸਾਡੇ ਕੋਲ ਜਿਹੜੇ ਮੌਜੂਦ ਮਹਿਮਾਨ ਨੇ ਨਾ, ਇਸ ਖਾਸ ਔਰ ਗੰਭੀਰ ਵਿਸ਼ੇ ਉੱਤੇ ਸਾਡੇ ਕੋਲ ਜਿਹੜੇ ਮੌਜੂਦ ਮਹਿਮਾਨ ਮੌਜੂਦ ਨੇ, ਉਹਨਾਂ ਦਾ ਨਾਮ ਲੈਂਦਿਆਂ ਹੋਇਆ ਅੱਜ ਖੁਦ ਵੀ ਜਿਹੜਾ ਸਤਿਕਾਰ ਜੀ ਮਹਿਸੂਸ ਕਰ ਰਿਹਾ ਜੀ, ਕਿਉਂਕਿ ਉਹ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਹੈਗੇ। ਸ਼੍ਰੀ ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਗਗਨ ਜੀ ਤੇ ਅਮਨ ਜੀ ਤੇ ਸਾਰੇ ਹੀ ਜਿਹੜੇ ਡੀਡੀ ਪੰਜਾਬੀ ਨਾਲ ਜੁੜੇ ਦਰਸ਼ਕ ਆ, ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਵੀ ਮੈਨੂੰ ਉਹਨਾਂ ਨੇ ਫੇਰ ਬਾਰ ਬਾਰ ਮੈਨੂੰ ਇੱਥੇ ਮੌਕਾ ਦਿੱਤਾ ਇਸ ਪਲੇਟਫਾਰਮ ਤੇ। ਬਹੁਤ ਬਹੁਤ ਧੰਨਵਾਦ ਤੇ ਸਤਿ ਸ਼੍ਰੀ ਅਕਾਲ। ਕਿ ਉਹ ਲੇਖਕ ਨੇ, ਐਡੀਟਰ ਨੇ ਤੇ ਡਾਇਰੈਕਟਰ ਨੇ ਕਾਫੀ ਸਾਰੀਆਂ ਅਖਬਾਰਾਂ ਦੇ, ਔਰ ਉਸ ਤੋਂ ਬਾਅਦ ਵਿੱਚ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਵਿੱਚ ਉਹ ਬਤੌਰ ਪ੍ਰੈਜ਼ੀਡੈਂਟ ਆਪਣੀ ਭੂਮਿਕਾ ਨਿਭਾ ਰਹੇ ਨੇ, ਔਰ ਕਾਫੀ ਸਾਰੇ ਰੇਡੀਓ ਚੈਨਲ ਜਿਹੜੇ ਹੈਗੇ ਉਹਨਾਂ ਨਾਲ ਜੁੜੇ ਹੋਏ ਨੇ ਔਰ ਮੈਨੇਜਰ ਨੇ ਉਹਨਾਂ ਦੇ। ਔਰ ਅੱਜ ਐਡੀ ਮਹਾਨ ਸ਼ਖਸੀਅਤ ਦੇ ਨਾਲ ਐਡੇ ਮਹਾਨ ਵਿਸ਼ੇ ਉੱਤੇ ਅਸੀਂ ਗੱਲਬਾਤ ਕਰਨੀ, ਕਿਉਂਕਿ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਦੋਂ ਹਿੱਕ ਪਾੜ ਕੇ ਜਦੋਂ ਜ਼ਮੀਨ ਦੀ ਕਿਸਾਨ ਕੁਛ ਪੈਦਾ ਕਰਦਾ ਤੇ ਮੈਨੂੰ ਲੱਗਦਾ ਕਿ ਉਹਦੇ ਹੱਥ ਚੁੰਮਣ ਨੂੰ ਵੀ ਦਿਲ ਕਰਦਾ ਹੈ ਜੀ। ਇਹੀ ਜਿਹੜੇ ਪੰਜਾਬੀ ਆ ਸਾਡੇ ਆਸਟ੍ਰੇਲੀਆ ਦੇ ਵਿੱਚ ਜਾ ਕੇ ਮਿਹਨਤ ਕਰਦੇ ਨੇ ਜੀ। ਜੀ ਮਿੰਟੂ ਜੀ, ਜਦੋਂ ਤੁਸੀਂ ਪਹਿਲੀ ਵਾਰ ਜਦੋਂ ਆਸਟ੍ਰੇਲੀਆ ਗਏ, ਇੱਕ ਜਿਸ ਤਰ੍ਹਾਂ ਤੁਹਾਡੀ ਅਸੀਂ ਇੰਟਰੋਡਕਸ਼ਨ ਸੁਣੀ ਹੈ, ਰਾਈਟਰ ਹੋ ਲਈ ਤੁਸੀਂ ਐਡੀਟਰ ਵੀ ਹੋ, ਡਾਇਰੈਕਟਰ ਵੀ ਹੋ, ਤੇ ਇੰਨਾ ਮਤਲਬ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜ਼ਿਆਦਾ ਤੁਹਾਡਾ ਵਾਸਤਾ ਸੀਗਾ, ਤੇ ਤੁਸੀਂ ਇੱਕਦਮ ਹੀ ਜਦੋਂ ਆਸਟ੍ਰੇਲੀਆ ਗਏ, ਪਹਿਲੇ ਤਾਂ ਦੱਸੋ ਮਨ ਵਿੱਚ ਕੀ ਸੀਗਾ ਕਿ ਕੀ ਜਾ ਕੇ ਉੱਥੇ ਮੀਡੀਆ ਨਾਲ ਰਿਲੇਟਡ ਕਰਨਾ ਕੁਛ, ਜਾਂ ਇਸ ਤੋਂ ਇਲਾਵਾ ਤੁਸੀਂ ਕੁਛ ਕਰਨਾ ਚਾਹੁੰਦੇ ਸੀਗੇ? ਦੇਖੋ, ਸੁਪਨੇ ਤਾਂ ਸਾਰੇ ਸੇਮ ਹੀ ਹੁੰਦੇ ਆ, ਪਰ ਮੈਂ ਸੁਪਨਿਆਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਗਗਨ ਜੀ ਨੇ ਕਿਹਾ ਮਹਾਨ ਸ਼ਖਸੀਅਤ ਤੇ ਮਹਾਨ ਕਾਰਜ ਬਾਰੇ ਗੱਲ ਕਰ ਰਹੇ ਹਾਂ। ਕਾਰਜ ਮਹਾਨ ਹੈ ਜਿਹਦੇ ਬਾਰੇ ਗੱਲ ਕਰ ਰਹੇ ਹਾਂ, ਪਰ ਹਜੇ ਸ਼ਖਸੀਅਤ ਬਣਨੀ ਬਹੁਤ ਲੰਮਾ ਪੈਂਦਾ ਤੈਅ ਕਰਨਾ ਪੈਣਾ ਮਹਾਨ ਸ਼ਬਦ ਤੱਕ ਪਹੁੰਚਣ ਲਈ। ਮੈਨੂੰ ਨਹੀਂ ਲੱਗਦਾ ਉੱਥੇ ਤੱਕ ਮੈਂ ਪਹੁੰਚ ਪਾਊਂਗਾ, ਤਾਂ ਥੋੜਾ ਬਹੁਤ ਉਸ ਲਈ ਉਪਰਾਲੇ ਕਰਦਾ ਰਹੂੰਗਾ, ਕੰਮ ਕਰਦਾ ਰਹੂੰਗਾ। ਤੇ ਦੂਜੀ ਗੱਲ ਆ ਗਈ ਜਿਹੜੇ ਸੁਪਨੇ ਕੀ ਸਜਾ ਕੇ ਗਿਆ ਸੀ। ਸੁਪਨੇ ਹਰ ਬੰਦੇ ਦੇ ਵਿਦੇਸ਼ 'ਚ ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਮੈਂ ਚੰਗਾ ਜਿਹੜਾ ਆਪਦਾ ਭਵਿੱਖ ਸਿਰਜਾਂ, ਪੈਸੇ ਕਮਾਵਾਂ, ਪਿਛਲਿਆਂ ਨੂੰ ਵੀ ਖੁਸ਼ਹਾਲ ਕਰਾਂ ਤੇ ਅੱਗੇ ਵੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਉਹਨਾਂ ਨੂੰ ਮੈਂ ਕੁਛ ਨਾ ਕੁਛ ਬਣਾ ਕੇ ਦੇ ਜਾਂ। ਇਹ ਜੇ ਕੁਝ ਸੁਪਨੇ ਮੇਰੇ ਸਨ, ਪਰ ਮੇਰਾ ਜਿਹੜਾ ਕਾਰਨ ਬਣਿਆ ਜਾਣ ਦਾ ਉਹ ਮੇਰਾ ਘੱਟ ਇੰਟਰਸਟ ਸੀ, ਪਰ ਮੇਰਾ ਬੇਟਾ ਜਿਹੜਾ ਕਿ ਉਸ ਟਾਈਮ 8ਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਸੀ ਤੇ ਉਹ ਵਿਦੇਸ਼ ਦੇ ਵਿੱਚ ਪੜ੍ਹਨ ਦਾ ਇੱਛੁਕ ਸੀ, ਕਿਉਂਕਿ ਮੇਰੇ ਸਿਸਟਰ ਇਨ ਲਾਅ ਤੇ ਮੇਰੇ ਬ੍ਰਦਰ ਇਨ ਲਾਅ ਸਰਦਾਰ ਨਿਰਮਲ ਸਿੰਘ ਗਿੱਲ ਉਹ ਉੱਥੇ ਰਹਿੰਦੇ ਸਨ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਸਾਨੂੰ ਇਹ ਲਿਆ ਰਿਹਾ ਵੀ ਅਸੀਂ ਉੱਥੇ ਜਾ ਕੇ ਇਹ ਬੱਚਾ ਪੜ੍ਹੇ। ਪਰ ਮੈਂ ਨਹੀਂ ਚਾਹੁੰਦਾ ਸੀ ਵੀ ਏਡੀ ਛੋਟੀ ਏਜ 'ਚ ਕੋਈ ਬੱਚਾ ਉੱਥੇ ਇਕੱਲਾ ਜਾਵੇ, ਚਾਹੇ ਉਹ ਰਿਸ਼ਤੇਦਾਰ ਸਨ, ਪਰ ਫਿਰ ਵੀ ਮੈਨੂੰ ਲੱਗਦਾ ਸੀ ਵੀ ਅਸੀਂ ਵੀ ਨਾਲ ਜਾਈਏ। ਤੇ ਉੱਥੋਂ ਦੀ ਖੇਤੀਬਾੜੀ ਦਾ ਕੀ ਰੁਝਾਨ ਤੁਸੀਂ ਦੇਖਿਆ ਉੱਧਰਲੇ ਕਿਸਾਨਾਂ ਦੇ ਵਿੱਚ? ਜੀ, ਉਹ ਮੈਂ ਜਦੋਂ ਜਿਹੜੇ ਮੇਰੇ ਰਿਲੇਟਿਵ ਸੀ ਉਹ ਅਸਲ 'ਚ ਖੇਤੀ ਕਰਦੇ ਸਨ, ਮੇਰਾ ਖੇਤੀ ਨਾਲ ਟੱਚ ਕਿਉਂ ਹੋਇਆ? ਦੋ ਕਾਰਨ ਹੋ ਗਏ, ਇੱਕ ਤਾਂ ਪਿਛੋਕੜ ਤੁਹਾਡੇ ਖੂਨ ਦੇ ਵਿੱਚ ਜਿਹੜੇ ਜੀਨਸ ਹੁੰਦੇ ਆ, ਇੱਥੇ ਅਸੀਂ ਖੇਤੀ ਬਾਗਬਾਨੀ ਕਰਦੇ
ਕਰਦੇ ਸੀ, ਈਵਨ ਸਾਨੂੰ ਜਾਣਾ ਹੀ ਬਾਗ ਵਾਲਿਆਂ ਦੇ ਨਾਂ ਤੇ ਜਾਂਦਾ, ਤਾਂ ਉਹ ਜਿਹੀ ਖੂਨ ਚ ਸੀ, ਚਾਹੇ ਅਸੀਂ ਉੱਥੇ ਗਏ, ਸਾਨੂੰ ਪਤਾ ਸੀ ਵੀ ਕੁਛ ਵੀ ਕਰਨਾ ਪੈ ਸਕਦਾ, ਟੈਕਸੀ ਵੀ ਚਲਾਉਣੀ ਪੈ ਸਕਦੀ ਹੈ, ਕਲੀਨਿੰਗ ਵੀ ਕਰਨੀ ਪੈ ਸਕਦੀ ਹੈ, ਪਰ ਕਿਤੇ ਨਾ ਕਿਤੇ ਇੱਕ ਖੂਨ ਦੇ ਵਿੱਚ ਸੀ ਵੀ ਐਂਡ ਆਫ ਦੀ ਡੇ ਆਉਣਾ ਤਾਂ ਖੇਤੀਬਾੜੀ ਹੈ, ਤੇ ਇਹਦੇ ਲਈ ਮੈਨੂੰ ਜ਼ਿਆਦਾ ਨਹੀਂ ਕਰਨਾ ਪਿਆ ਸਟਰਗਲ, ਕਿਉਂਕਿ ਪਹਿਲੇ ਹੀ ਮੋੜ ਤੇ ਮੈਂ ਜਦੋਂ ਗਿਆ ਆਪਦੇ ਰਿਸ਼ਤੇਦਾਰਾਂ ਕੋਲੇ ਤਾਂ ਉਹ ਖੇਤੀ ਕਰਦੇ ਸਨ, ਸੋ ਇਸ ਕਰਕੇ ਖੇਤੀ ਪ੍ਰਤੀ ਰੁਝਾਨ ਹੋ ਗਿਆ, ਤੇ ਜਿਹੜੇ ਉੱਥੇ ਸਰਕਲ ਬਣਿਆ, ਯਾਰ ਮਿੱਤਰ ਬਣੇ, ਉਹ ਵੀ ਨਾਲ ਨਾਲ ਖੇਤੀਬਾੜੀ ਮਿਲਦੇ ਗਏ। ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਮਤਲਬ ਵਿਰਾਸਤ ਚੋਂ ਜਿਹੜੀ ਤੁਹਾਨੂੰ ਖੇਤੀ ਮਿਲੀ ਹੋਈ ਸੀਗੀ, ਤੇ ਮਨ ਵਿੱਚ ਸੀਗਾ ਵੀ ਲਾਸਟ ਜਿਹੜਾ ਉਹ ਖੇਤੀ ਹੀ ਕਰਨੀ ਹੈ, ਠੀਕ ਹੈ, ਬਾਹਰ ਗਏ ਉੱਥੇ ਜਾ ਕੇ ਖੇਤੀ ਕੀਤੀ, ਦੋਵਾਂ ਦੇਸ਼ਾਂ ਦੀ ਖੇਤੀ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਲੱਗਦਾ, ਖੇਤੀਬਾੜੀ ਵਿੱਚ ਕਿੰਨਾ ਕੁ ਫਰਕ ਹੈਗਾ? ਬਹੁਤ ਜ਼ਿਆਦਾ ਫਰਕ ਹੈ ਜੀ, ਜਿਹਨੂੰ ਜ਼ਮੀਨ ਅਸਮਾਨ ਦੀ ਅਸੀਂ ਕਾਮ ਗੱਲ ਕਰ ਦਿੰਦੇ ਹਾਂ ਫਰਕ, ਪਰ ਉਹ ਦੇਖਿਆ ਸੀ ਉਹਦੇ ਵਿੱਚ। ਅੱਛਾ, ਕੋਈ ਐਗਜ਼ਾਮਪਲ ਸਾਨੂੰ ਦੱਸੋ। ਐਗਜ਼ਾਮਪਲ ਜੇ ਪਹਿਲੀ ਲਾਈਏ ਤਾਂ ਅਸੀਂ ਇੱਥੇ ਇੱਕ ਸਰਕਲ ਚ ਉਲਝੇ ਹੋਏ ਹਾਂ, ਚਾਹੇ ਸਰਕਾਰ ਲੱਖ ਕਰ ਲਾਉਂਦੀ ਹੈ ਵੀ ਝੋਨੇ ਕਣਕ ਚੋਂ ਨਿਕਲੋ ਬਾਹਰ, ਹਾਂਜੀ, ਪਰ ਅਸੀਂ ਨਹੀਂ ਨਿਕਲੇ, ਅਸੀਂ ਉੱਥੇ ਹੀ ਫਿਰਦੇ ਹਾਂ। ਜਿੰਨੇ ਕੁ ਲੋਕ ਨਿਕਲੇ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਅੱਜ ਸਫ਼ਰ ਕਰਦਾ ਪੰਜਾਬ ਵਿੱਚ ਦੀ, ਤਾਂ ਉੱਥੇ ਟਨਲ ਦਿਖਦੇ ਆ ਮੈਨੂੰ, ਨਵੇਂ ਗ੍ਰੀਨ ਹਾਊਸ ਦਿਖਦੇ ਆ, ਤਾਂ ਬੜੀ ਖੁਸ਼ੀ ਹੁੰਦੀ ਹੈ ਵੀ ਕੁਝ ਨਾ ਕੁਝ ਨੌਜਵਾਨ ਆ ਜਿਹੜੇ ਕੁਝ ਕਰਨ ਲਈ ਕਾਹਲੇ ਆ ਤੇ ਕਰ ਰਹੇ ਆ, ਪਰ ਓਡੇ ਪੱਧਰ ਤੇ ਨਹੀਂ ਕਰ ਰਹੇ। ਸੋ ਇੱਕ ਤਾਂ ਸਭ ਤੋਂ ਵੱਡੀ ਗੱਲ ਆ ਜੀ, ਉੱਥੇ ਉਹ ਖੇਤੀ ਹੋ ਰਹੀ ਹੈ ਜ਼ਿਆਦਾ, ਜਿਹੜੀ ਖੇਤੀ ਦੇ ਵਿੱਚ ਤੁਸੀਂ ਮਿਹਨਤ ਕਰਕੇ ਕੁਝ ਖੱਟ ਸਕਦੇ ਹੋ, ਕੁਝ ਕਮਾ ਸਕਦੇ ਹੋ, ਸੋ ਉਹ ਲੀਕ ਤੇ ਹਟ ਕੇ ਖੇਤੀ ਨਹੀਂ ਕਰਦੇ। ਦੂਜੀ ਜਿਹੜੀ ਉੱਥੋਂ ਦੀ ਜਿਹੜੀ ਸਰਕਾਰ ਆ, ਉਹ ਦੋਨੇ ਐਂਗਲ ਹੀ ਕਹੂੰਗਾ ਮੈਂ, ਵੀ ਇਹ ਵੀ ਨਹੀਂ ਹੈ ਵੀ ਉਹ ਸਰਕਾਰ ਖੇਤੀ ਨੂੰ ਉਤਸ਼ਾਹਿਤ ਕਰਦੀ ਆ ਤੇ ਜਾਂ ਉਹ ਤੁਹਾਨੂੰ ਡੀਮੋਰਲਾਈਜ਼ ਕਰਦੀ ਆ, ਇਹ ਦੋਨੇ ਗੱਲਾਂ ਨਹੀਂ ਹੈ। ਸੋ ਖੇਤੀ ਦੀ ਜਿਹੜੀ ਮੇਨ ਜਿਹੜੀ ਭੂਮਿਕਾ ਆ ਜਾਂਦੀ ਹੈ, ਜਿੱਦਾਂ ਹੁਣ ਤੁਸੀਂ ਵਿਜੂਅਲ ਵੀ ਦੇਖ ਰਹੇ ਹੋ, ਵਿਜੂਅਲ ਦੇ ਵਿੱਚ ਗ੍ਰੀਨ ਹਾਊਸਿਸ ਦਾ ਦਿਖਾਇਆ ਜਾ ਰਿਹਾ, ਅਸੀਂ ਪਿਛਲੇ ਕੁਝ ਕੁ ਮਹੀਨੇ ਪਹਿਲਾਂ ਸ਼ੁਰੂਆਤ ਕੀਤੀ ਸੀ ਖੇਤੀ ਦੀ, ਤੇ ਕਿਉਂਕਿ ਅਸੀਂ ਤਜਰਬੇ ਦੇ ਤੌਰ ਤੇ 4 ਕੁ ਮਹੀਨੇ ਖੇਤੀ ਕਰਕੇ ਦੇਖੀ ਆ, ਇਹਦੇ ਵਿੱਚ ਕਾਫੀ ਸੰਭਾਵਨਾ ਹੈ, ਅੰਗੂਰ ਆ ਜਿਹੜੇ ਉੱਥੇ ਲਾਏ ਜਾਂਦੇ ਆ ਅੰਗੂਰਾਂ ਦੀ ਜਿਹੜੀ ਹੈ, ਸੋ ਇਹ ਜਿਹੜੀਆਂ ਸੰਭਾਵਨਾ ਸੀ ਇਹਨਾਂ ਨੇ ਸਾਨੂੰ ਅਟਰੈਕਟ ਕੀਤਾ। ਸੋ ਉੱਥੇ ਸਰਕਾਰ ਦੀ ਜਿਹੜੀ ਗੱਲ ਆਈ ਸੀ, ਸਰਕਾਰ ਦੀ ਸ਼ਮੂਲੀਅਤ ਬੜੀ ਵਧੀਆ, ਉਹ ਜੇ ਤੁਸੀਂ ਕੁਛ ਚੰਗਾ ਕਰਦੇ ਤਾਂ ਬਹੁਤ ਕੁਛ ਬਹੁਤ ਉਤਸ਼ਾਹ ਵੀ ਆਪਣੇ ਵਿੱਚ ਪੈਦਾ ਕਰਦੇ। ਜੀ ਜੀ, ਤੇ ਬਰਾੜ ਸਾਹਿਬ, ਉੱਥੇ ਖੇਤੀ ਕਿਸ ਕਿਸਮ ਦੀ ਜ਼ਿਆਦਾ ਕੀਤੀ ਜਾਂਦੀ ਹੈ ਤੇ ਕਿਸ ਫਸਲ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ? ਆਮ ਤੌਰ ਤੇ ਅਸੀਂ ਕੋਈ ਬੇਰੀ ਬਾਰੇ ਸੁਣਦੇ ਹਾਂ। ਖੇਤੀ ਬਹੁਤ ਕਿਸਮ ਦੀ ਹੈ, ਬਹੁਤ ਕਿਸਮ ਦੀ ਖੇਤੀ ਹੈ, ਕਣਕ ਵੀ ਹੈ, ਪਰ ਕਣਕ ਇੱਕ ਬਰਾਨੀ ਕਣਕ ਤੁਹਾਨੂੰ ਕਿਹਾ ਜਾ ਸਕਦਾ ਜਿਹੜੀ ਕਿ ਬਿਨਾਂ ਪਾਣੀ ਤੋਂ ਕੀਤੀ ਜਾਂਦੀ ਹੈ, ਤੇ ਮਿਨੀਮਮ 5,000 ਏਕੜ ਜੇ ਤੁਸੀਂ ਬੀਜਦੇ ਹੋ ਤਾਂ ਜਾ ਕੇ ਕਿਤੇ ਤੁਸੀਂ ਆਪਦਾ ਰੋਜੀ ਰੋਟੀ ਇੱਕ ਬੰਦਾ ਚਲਾ ਸਕਦਾ, ਕਿਉਂਕਿ ਬਹੁਤ ਘੱਟ ਝਾੜ ਤੇ ਬਹੁਤ ਘੱਟ ਉਹਦੀ ਆਮਦਨ ਆ। ਇਹੀ ਕਾਰਨ ਹੈ ਵੀ ਅਨਾਜ ਆ ਜਿਹੜਾ ਸੌਖਾ ਉੱਗ ਪੈਂਦਾ ਤੇ ਉਹਦੀ ਫਿਰ ਤਾਂ ਹੀ ਜਿਹੜੀ ਚੀਜ਼ ਸੌਖਾ ਕੰਮ ਕੋਈ ਵੀ ਆ ਜ਼ਿੰਦਗੀ ਦੇ ਵਿੱਚ, ਉਹਦੇ ਚ ਇਨਕਮ ਨਹੀਂ ਹੋ ਸਕਦੀ, ਜਿਹਦੇ ਚ ਉਨੇ ਔਖੇ ਆਉਣੇ ਉਹਦੀ ਉਨੇ ਹੀ ਰਿਵਾਰਡ ਤੁਹਾਨੂੰ ਮਿਲਣਾ। ਸੋ ਇਹ ਚੀਜ਼ ਹੈ, ਬਾਕੀ ਖੇਤੀ ਆ ਜੇ ਲਾਈਏ ਸਟੈਪ ਦਰ ਸਟੈਪ ਤਾਂ ਗੰਨਾ ਵੀ ਬਹੁਤ ਹੁੰਦਾ ਜੀ, ਡਿਪੈਂਡ ਕਰਦਾ ਏਰੀਆ ਚ, ਕੇਨਸ ਏਰੀਆ ਚ ਗੰਨਾ ਤੇ ਕੇਲਾ ਹੁੰਦਾ, ਨਿਊ ਸਾਊਥ ਵੇਲਸ ਦੇ ਵਿੱਚ ਬਲਬੂਲੀ ਆ ਜਿਹੜਾ ਕਿ ਸਾਡੇ ਪੰਜਾਬੀਆਂ ਦਾ ਗੜ ਮੰਨਿਆ ਜਾਂਦਾ, 100 ਸਾਲ ਪੁਰਾਣੇ ਉੱਥੇ ਪੰਜਾਬੀ ਆ, ਜੇ ਅਮੀਰ ਪੰਜਾਬੀ ਕਹੀਏ ਤਾਂ ਉਹ ਵੀ ਉੱਥੇ ਆ। ਜੀ, ਤੁਸੀਂ ਖੇਤੀ ਦੀ ਗੱਲ ਕੀਤੀ, ਅਸੀਂ ਪੁੱਛਣਾ ਚਾਹਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਕਿਹੜੀ ਸਭ ਤੋਂ ਸਫਲ ਖੇਤੀ ਮੰਨੀ ਗਈ ਹੈ? ਸਫਲ ਖੇਤੀ ਤਾਂ ਜੀ ਦੇਖੋ, ਜੇ ਹੁਣ ਸਫਲ ਤਾਂ ਅੰਗੂਰ ਵੀ ਇੱਥੇ ਵਾਈਨਰੀ ਹੋਣ ਕਰਕੇ ਸਫਲ ਆ, ਸਟੋਨ ਫਰੂਟ ਆ ਜਿਹਦੇ ਚ ਕੀ ਆੜੂ ਜਾਂ ਐਪਰੀਕੋਟ ਇਹੋ ਜਿਹੀਆਂ ਚੀਜ਼ਾਂ, ਜਾਂ ਬਦਾਮ ਵੀ ਆ ਜਾਂਦੇ ਆ, ਜੀ ਬਦਾਮਾਂ ਦਾ ਬੜਾ ਰੁਝਾਨ ਚੱਲਿਆ ਹੋਇਆ, ਸਾਡੇ ਗਰੇਵਾਲ ਫਾਰਮਸ ਆ ਬਹੁਤ ਵੱਡਾ ਬਦਾਮਾਂ ਦਾ ਚਲਾ ਰਹੇ ਆ, ਨਾਲ ਨਾਲ ਸਾਡੇ ਜਿਹੜੀ ਇਹਨਾਂ ਸੰਤਰਿਆਂ ਦੇ ਵਿੱਚ ਵੀ ਸਾਡੇ ਜਿਹੜੇ ਲੋਕਾਂ ਨੇ ਹੱਥ ਅਜਮਾਈ ਕੀਤੀ। ਪਰ ਜੇ ਗੱਲ ਕਰੀਏ ਤਾਂ ਮੈਨੂੰ ਇੱਕ ਖੇਤੀ ਨੇ ਬੜਾ ਪ੍ਰਭਾਵਿਤ ਕੀਤਾ ਜੀ,
ਜਿਹਦੇ ਚ ਉਹ ਆ ਜੀ ਬਲੂ ਬੇਰੀ। ਅੱਛਾ, ਇੱਕ ਅਸੀਂ ਫੋਟੋ ਦੇਖ ਰਹੇ ਹਾਂ ਜੀ, ਜੀ ਇਸ ਵਿਜ਼ੂਅਲ ਵਿੱਚ ਦੱਸੋ ਕਿ ਕਿਹੜੀ ਖੇਤੀ ਆ, ਇਹ ਸੰਤਰਿਆਂ ਦੇ ਵਿੱਚ ਆ ਜੀ। ਮੈਂ ਦੱਸਣਾ ਚਾਹਾਂਗੇ ਇਹ ਫੋਟੋ ਨਾ, ਇਹ ਇੱਕ ਗੋਰੇ ਜਿਹੜੇ ਹੈ ਉਹਨਾਂ ਦੇ ਮੈਂ ਫਾਰਮ ਦੇ ਵਿੱਚੋਂ ਲਈ ਹੋਈ ਆ ਫੋਟੋ। ਇਹਨਾਂ ਨੂੰ ਕੈਂਸਰ ਆ ਤੇ 70 ਸਾਲ ਦੀ ਏਜ ਆ, ਤੇ ਪਰ ਇਹ ਹੱਥੀਂ ਕੰਮ ਕਰਕੇ, ਤੇ ਮੈਨੂੰ ਉਹਨਾਂ ਦਾ ਪਹਿਲਾ ਸ਼ਬਦ ਇਹ ਸੀ ਵੀ ਮੈਂ ਇਸ ਬਿਮਾਰੀ ਨੂੰ, ਬਲੱਡੀ ਕੈਂਸਰ ਨੂੰ ਮੈਂ ਛੇਤੀ ਹੀ ਘਰੋਂ ਕੱਢ ਦੂੰਗਾ, ਤੇ ਮੈਂ ਇੱਕ ਆਰਟੀਕਲ ਵੀ ਲਿਖਿਆ ਵੀ ਬਲੱਡੀ ਕੈਂਸਰ ਇਸ ਲੇਡੀ ਦੇ ਉੱਤੇ। ਸੋ ਉਤਸ਼ਾਹ ਮਿਲਦਾ ਜਦੋਂ ਇਹ ਜੇ ਇਸ ਉਮਰ ਦੇ ਵਿੱਚ ਵਰਲਡ ਕੈਂਸਰ ਡੇ ਉੱਤੇ ਇਹ ਵੀ ਗੱਲ ਜਿਹੜੀ ਹੈਗੀ ਇੱਕ ਅੱਜ ਸਪੈਸ਼ਲ ਐਡ ਹੋ ਗਈ ਵੀ ਇੱਕ ਉਦਾਹਰਨ ਸਾਨੂੰ ਮਿਲ ਗਈ ਇਸ ਗੋਰੇ ਦੇ ਕੋਲੋਂ ਵੀ ਜੇ ਉਹ ਲੜ ਸਕਦੇ ਤਾਂ ਅਸੀਂ ਕਿਉਂ ਨਹੀਂ ਲੜ ਸਕਦੇ। ਸੋ ਗੱਲ ਚੱਲ ਰਹੀ ਸੀ ਵੀ ਖੇਤੀ ਦੀ, ਬਲੂਬੇਰੀ ਬਾਰੇ ਤੁਸੀਂ ਦੱਸੋ। ਮੈਨੂੰ ਬਲੂਬੇਰੀ ਦੀ ਜੇ ਖੇਤੀ ਬਾਰੇ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਬਲੂਬੇਰੀ ਹੋ ਰਹੀ ਹੈ ਜੀ ਕੌਫਸਾਰਵਰ ਏਰੀਏ, ਬਲਗੂਲੀਆ ਏਰੀਏ ਦੇ ਵਿੱਚ ਜਿਹੜੀ ਕਿ ਜ਼ਿਆਦਾਤਰ ਜਿਹੜੀ ਸਟਾਰਟ ਤਾਂ ਹੋਈ ਆ ਉਹ 2000 ਦੇ ਲਾਗੇ ਤਾਗੇ ਜੇ ਕਹਿ ਸਕਦੇ ਹਾਂ ਅਸੀਂ। ਸ਼ੁਰੂਆਤ ਖੇਤੀ ਪਹਿਲਾਂ ਹੁੰਦੀ ਸੀ ਪਰ ਜਿਹੜੀ ਜ਼ਿਆਦਾ ਪ੍ਰੋਫਿਟ 'ਚ ਜਾਣ ਖ਼ਬਰਾਂ 'ਚ ਆਈ ਉਦੋਂ ਆਈ। ਇੱਕ ਅਦਾਰਾ ਜੀ ਸਾਊਥ ਆਸਟ੍ਰੇਲੀਆ ਦੇ ਵਿੱਚ, ਉਹ ਹੈ ਜੀ ਔਜ਼ਬੇਰੀ, ਜਿਹੜੀ ਕਿ ਇੱਕ ਕੋਆਪਰੇਟਿਵ ਸੰਸਥਾ, ਉਹ ਹੋਂਦ 'ਚ ਆਈ ਤੇ ਉਹਦੇ 'ਚ ਸਿਰਫ 5-7 ਜ਼ਿਮੀਂਦਾਰਾਂ ਨੇ ਹਿੱਸਾ ਪਾਇਆ। ਜਸਪਾਲ ਸਿੰਘ ਹੋਰਾਂ ਨੇ ਸ਼ਾਇਦ ਉਹਨਾਂ ਦੀ ਸ਼ੁਰੂਆਤ ਕੀਤੀ ਸੀ। ਤਾਂ ਉਸ ਦੇ ਵਿੱਚ ਪ੍ਰੋਬਲਮ ਸੀਗੀਆਂ ਸ਼ੁਰੂ 'ਚ ਬੇਰੀ ਵੇਚਣ ਦੀ, ਤੇ ਦੁਨੀਆਂ ਦੇ ਵਿੱਚ ਇੱਕ ਪਹਿਲਾ ਕਹਿ ਸਕਦੇ ਹਾਂ ਅਸੀਂ ਇੱਕ ਅਦਾਰਾ ਆਇਆ ਜੇ ਹੋਂਦ 'ਚ ਜ਼ਿਮੀਂਦਾਰਾਂ ਦਾ, ਜਿਨ੍ਹਾਂ ਨੇ ਕਿ ਦਿਖਾ ਦਿੱਤਾ ਵੀ ਜ਼ਿਮੀਂਦਾਰ ਵੀ ਕਬਾਣੀ ਹੋ ਸਕਦੇ ਆ, ਐਗਰੀਕਲਚਰ ਨੂੰ ਛੱਡ ਕੇ ਉਹਨਾਂ ਨੇ ਐਗਰੀ ਬਿਜ਼ਨਸ ਬਣਾਤਾ। ਐਗਰੀ ਬਿਜ਼ਨਸ ਬਾਰੇ ਜ਼ਰੂਰ ਤੁਹਾਡੇ ਕੋਲ ਜਾਣਾਂਗੇ, ਇੱਕ ਦਰਸ਼ਕ ਸਾਡੇ ਕੋਲ ਪਹੁੰਚ ਚੁੱਕੇ ਨੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ, ਆਓ ਦੇਖਦੇ ਹਾਂ। ਹੈਲੋ ਗੱਲ ਕੀਤੀ ਹੈ ਵੀ ਖਾਦਾਂ ਦੀ, ਤੇ ਰੇ ਸਪਰੇਅ ਦੀ, ਬਿਲਕੁਲ ਇਹਦੇ ਵਿੱਚ ਇੱਕ ਸਿਸਟਮ ਆ ਜੀ। ਤੁਸੀਂ ਪਹਿਲੀ ਗੱਲ ਤਾਂ ਜ਼ਿਮੀਂਦਾਰ ਨੂੰ, ਜਦੋਂ ਜ਼ਿਮੀਂਦਾਰ ਬਣਦਾ ਉੱਥੇ ਕੋਈ ਵੀ ਕਿਸਾਨੀ ਕਰਨ ਲੱਗਦਾ ਤਾਂ ਉਹਨੂੰ ਇੱਕ ਸਰਟੀਫਿਕੇਟ ਕਰਨਾ ਪੈਂਦਾ ਕੈਂਪ ਸਰਟ ਦਾ, ਜਿਹੜਾ ਕਿ 3 ਜਾਂ 4 ਦਿਨਾਂ ਦਾ ਜਾਂ ਹਫ਼ਤੇ ਦਾ ਕੋਰਸ ਆ। ਉਹਦੇ ਵਿੱਚ ਉਹਨੂੰ ਦੱਸਿਆ ਜਾਂਦਾ ਵੀ ਦਵਾਈ ਕਿਵੇਂ ਹੈਂਡਲ ਕਰਨੀ ਹੈ, ਕਿਵੇਂ ਕਰਨ ਸਪਰੇਅ ਕਰਨੀ ਆ, ਈਵਨ ਦੁਕਾਨ ਤੋਂ ਲਿਜਾ ਕੇ ਸਟੋਰੇਜ ਤੱਕ ਦੇ ਸਾਰੇ ਤਰੀਕੇ ਦੱਸੇ ਜਾਂਦੇ ਆ। ਫਿਰ ਤੁਹਾਡੇ ਹਰ ਖੇਤ ਦੇ ਵਿੱਚ ਇੱਕ ਹਾਊਸ ਬਣਾਇਆ ਜਾਂਦਾ ਕੈਂਪ ਸਾਈਟ, ਦਵਾਈ ਉਹਦੇ ਤੋਂ ਬਿਨਾਂ ਤੁਸੀਂ ਕਿਤੇ ਸਟੋਰ ਨਹੀਂ ਕਰ ਸਕਦੇ। ਉਹਦੇ ਗੇਟ ਤੇ ਐਂਟਰੀ ਰਜਿਸਟਰ ਲਾਇਆ ਜਾਂਦਾ, ਉਹਦੇ ਵਿੱਚੋਂ ਜਿੰਨੀ ਦਵਾਈ ਕੱਢੋਗੇ ਉਹ ਲਿਖਣੀ ਪੈਂਦੀ ਹੈ, ਜਿੰਨੀ ਦਵਾਈ ਪਾਓਗੇ ਉਹ ਲਿਖਣੀ ਪੈਂਦੀ ਆ। ਤਾਂ ਫਿਰ ਉਹਦਾ ਲੇਖਾ ਜੋਖਾ ਇੰਸਪੈਕਟਰ ਆ ਕੇ ਕਰਦਾ ਵੀ ਕਦੋਂ ਕੀ ਦਵਾਈ ਕੀਤੀ। ਜੇ ਦਵਾਈ ਫਰੂਟ ਦੇ ਉੱਤੇ ਤੇ ਖਾਸ ਕਰਕੇ ਜੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੋਲਡਿੰਗ ਪੀਰੀਅਡ ਲਿਖਿਆ ਹੁੰਦਾ ਦਵਾਈ ਦੇ ਉੱਤੇ ਵੀ ਜੇ ਤੁਸੀਂ ਇਹ ਦਵਾਈ ਕੀਤੀ ਆ ਤਾਂ ਤੁਸੀਂ 30 ਘੰਟੇ 48 ਘੰਟੇ 52 ਘੰਟੇ ਸਬਜ਼ੀ ਮਾਰਕੀਟ ਲਈ ਨਹੀਂ ਤੋੜ ਸਕਦੇ। ਸੋ ਬਹੁਤ ਅਵੇਅਰ ਆ ਜੀ, ਇਹ ਲੋੜ ਡੰਡੇ ਨਾਲ ਕੋਈ ਵੀ ਜ਼ਿਮੀਂਦਾਰ ਨਹੀਂ ਅਵੇਅਰ ਉੱਥੇ, ਇੰਸਪੈਕਟਰ ਦੇ ਡਰ ਤੋਂ ਕਰਦਾ, ਖੁਦ ਹੀ ਕਰਦੇ ਆ, ਖੁਦ ਹੀ ਕਰਦੇ। ਸੋ ਕਾਫੀ ਕੰਟਰੋਲ। ਉਹਨਾਂ ਨੇ ਮੰਡੀਕਰਨ ਬਾਰੇ ਵੀ ਗੱਲ ਕੀਤੀ ਸੀ ਵੀ ਕਿ ਉੱਥੇ ਵਿਦੇਸ਼ਾਂ ਵਿੱਚ ਜਾਂ ਜਦੋਂ ਤੁਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਕਿ ਉੱਥੇ ਵੀ ਮੰਡੀਕਰਨ ਪੰਜਾਬ ਦੀ ਤਰ੍ਹਾਂ ਹੀ ਹੁੰਦਾ ਜਿਸ ਤਰ੍ਹਾਂ ਇੱਥੇ ਮਾਰਕੀਟਿੰਗ ਹੁੰਦੀ ਹੈ। ਮੰਡੀਕਰਨ ਨੇ ਕਾਫੀ ਦਿੱਕਤਾਂ ਵੀ ਆ ਤੇ ਕਾਫੀ ਚੰਗਾ ਵੀ ਆ, ਦੋਨੇ ਕੁਛ ਹੀ ਆ ਜੀ। ਮੰਡੀਕਰਨ ਦੇ ਵਿੱਚ ਦਿੱਕਤ
ਤਾਂ ਇਹ ਆ ਵੀ ਆਬਾਦੀ ਸਿਰਫ ਤੇ ਸਿਰਫ 2.25 ਕਰੋੜ ਜਿਹੜੀ ਲਾਗਤ ਆ ਉਹ ਤਾਂ ਬੰਦਿਆਂ ਨਾਲ ਹੀ ਹੋਣੀ ਹੈ ਨਾ। ਜੇ ਤੁਸੀਂ ਕੋਈ ਚੀਜ਼ ਉਗਾ ਲਈ, ਖੀਰੇ ਉਗਾਏ ਅਸੀਂ, ਖੀਰੇ ਖਾਣੇ ਤਾਂ ਬੰਦਿਆਂ ਨੇ ਤੇ ਬੰਦਿਆਂ ਦੀ ਜਿਹੜੀ ਗਿਣਤੀ ਹੈ ਘੱਟ ਆ। ਸੋ ਇਸ ਕਰਕੇ ਕਈ ਵਾਰੀ ਹੋਇਆ ਇਹ ਚੀਜ਼ਾਂ ਵੀ ਤੁਸੀਂ ਉਗਾ ਲੈਂਦੇ ਹੋ, ਵਧੀਆ ਫਸਲ ਹੋ ਜਾਂਦੀ ਹੈ ਪਰ ਉਹ ਵਿਕਦੀ ਨਹੀਂ ਸਹੀ ਢੰਗ ਨਾਲ। ਫਿਰ ਆ ਜਾਂਦੀ ਹੈ ਗੱਲ ਐਕਸਪੋਰਟ ਕਰਨ ਦੀ। ਐਕਸਪੋਰਟ ਸਾਨੂੰ ਡਾਲਰ ਦਾ ਭਾਅ ਪ੍ਰੋਬਲਮ ਕ੍ਰੀਏਟ ਕਰਦਾ। ਅਕਸਰ ਅਸੀਂ ਇੱਥੇ ਇੰਡੀਆ ਕਾਲ ਕਰਦੇ ਹਾਂ ਤਾਂ ਹੁਣ ਕਹਿਣਗੇ ਤੁਹਾਡਾ ਤਾਂ ਹੁਣ 1.50 ਦਾ ਵਿਕਦਾ, ਗੱਲ ਹੁੰਦੀ ਹੈ, ਪਰ ਇਹ ਸਾਡੇ ਲਈ ਬਹੁਤ ਨੈਗੇਟਿਵ ਆ। ਜਿੰਨਾ ਡਾਲਰ ਦਾ ਰੇਟ ਉੱਚਾ ਹੁੰਦਾ ਸਿਰਫ ਸਾਨੂੰ 1 ਮਹੀਨਾ ਨਜ਼ਾਰਾ ਦਿੰਦਾ ਜਦੋਂ ਅਸੀਂ ਇੰਡੀਆ ਆਉਂਦੇ ਹਾਂ, ਤੇ ਓਵਰਆਲ ਸਾਡੇ ਲਈ ਨੁਕਸਾਨ ਆ ਕਿਉਂਕਿ ਇਹ ਇਕਨੋਮਿਕਸ ਦੀ ਪਾਲਿਸੀ ਆ, ਸਾਰੇ ਜਾਣਦੇ ਆ। ਜੇ ਡਾਲਰ ਡਾਊਨ ਹੁੰਦਾ ਤਾਂ ਸਾਡਾ ਐਕਸਪੋਰਟ ਬਹੁਤ ਹੁੰਦਾ, ਜਦੋਂ ਐਕਸਪੋਰਟ ਹੁੰਦਾ ਤਾਂ ਸਾਡੇ ਜ਼ਿਮੀਦਾਰ ਨੂੰ ਸਿੱਧਾ ਉੱਥੋਂ ਫਾਇਦਾ ਮਿਲਦਾ। ਸੋ ਮੰਡੀਕਰਨ ਦੇ ਵਿੱਚ ਕਾਫੀ ਸਮੱਸਿਆ ਵੀ ਆ, ਇਸੇ ਲਈ ਮੈਂ ਕੋਆਪਰੇਟਿਵ ਸੋਸਾਇਟੀ ਦੀ ਗੱਲ ਕਰ ਰਿਹਾ ਸੀ, ਇਸੇ ਲਈ ਹੋਣ ਚਾਹੀ ਸੀ। ਉਹ ਦੁਨੀਆ ਦੀ ਸਭ ਤੋਂ ਵੱਡੀ ਕੋਆਪਰੇਟਿਵ ਸੋਸਾਇਟੀ ਆ, 100 ਉਹਦੇ ਮੈਂਬਰ ਆ, 100 ਚੋਂ 88 ਮੈਂਬਰ ਪੰਜਾਬੀ ਆ। ਇੰਡਸਟਰੀ ਆ ਉਹ 8 ਤੋਂ 10 ਹਜ਼ਾਰ ਬੰਦੇ ਨੂੰ ਰੋਜ਼ਗਾਰ ਮੁਹੱਈਆ ਕਰਾ ਰਹੀ ਹੈ ਤੇ ਆਪਦੀ ਮਰਜ਼ੀ ਨਾਲ ਉਹ ਵੇਚ ਰਹੀ ਸੋਸਾਇਟੀ। ਕਿਸਾਨਾਂ ਦੇ ਵਾਸਤੇ ਉਧਰਲਿਆਂ ਦੇ ਵਾਸਤੇ ਕੀ ਕਰ ਰਹੀ ਹੈ? ਕਿਸਾਨਾਂ ਨੇ ਬਣਾਈ ਤੇ ਉਹਨਾਂ ਨੇ ਆਪਦਾ ਇੱਕ ਦਾਇਰਾ ਬਣਾਇਆ ਵੀ ਅਸੀਂ ਲੁੱਟ ਤੋਂ, ਅਸੀਂ ਕਿਸੇ ਨੂੰ ਲੁੱਟ ਨਹੀਂ ਹੋਣ ਦੇਣੀ, ਅਸੀਂ ਬੈਰੀ ਉਗਾਉਣੇ ਆ, ਸਾਰੇ ਕਿਸਾਨ ਉਹਦੇ ਮੈਂਬਰ ਬਣ ਗਏ। ਉਹ ਆਪਦੀ ਮਰਜ਼ੀ ਨਾਲ ਪੈਕਿੰਗ ਕਰਦੇ ਆ, ਪੈਕਿੰਗ ਕਰਨ ਤੋਂ ਬਾਅਦ ਫਿਰ ਆਪਦੀ ਮਰਜ਼ੀ ਨਾਲ ਜਿਹੜੇ ਉਹ ਵੇਚਦੇ ਆ, ਕੋਈ ਮੀਡੀਟੇਟਰ ਨਹੀਂ ਆ ਉਹਨਾਂ ਦੇ ਵਿੱਚ। ਤਾਂ ਹੀ ਜਿਹੜਾ ਬੈਰੀ ਏਰੀਆ ਉਹ ਬਹੁਤ ਜ਼ਿਆਦਾ ਕਾਮਯਾਬ ਆ, ਤੇ ਅਸੀਂ ਜਿਹੜਾ ਮੈਂ ਪਹਿਲਾਂ ਗੱਲ ਕਹੀ ਵੀ ਮਿਲੀਅਨੇਅਰ ਕਿਸਾਨ ਜਿਹੜੇ ਉੱਥੇ ਪਾਏ ਜਾਂਦੇ ਆ, ਸਾਡਾ ਵੀ ਖੁਦ ਦਾ ਵੀ ਜਿਹੜਾ ਹਰਮਨ ਰੇਡੀਓ ਦਾ ਸਾਡਾ ਆਫਿਸ ਉੱਥੇ ਆ, ਤੇ ਸਾਡੇ ਖੁਦ ਦਾ ਵੀ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਆ, ਉਹ ਬਲੂ ਬੈਰੀ ਦੇ ਉਹਨਾਂ ਗਿਣੇ ਚੁਣੇ 5 ਕਿਸਾਨਾਂ ਚੋਂ ਆਉਂਦੇ ਆ, ਇਸੇ ਲਈ ਮੈਨੂੰ ਕਾਫੀ ਐਕਸਪੀਰੀਅੰਸ। ਹਰ ਕਿਸਮ ਬੇਰੀ ਦੇ ਉੱਧਰ ਵੇਚੀ ਜਾਂਦੀ ਹੈ ਜਾਂ ਫਿਰ, ਕਿਉਂਕਿ ਕਾਫੀ ਸਾਰੀਆਂ ਕਿਸਮਾਂ ਹੁੰਦੀਆਂ ਨੇ ਬੇਰੀ ਦੀਆਂ? ਦੁਨੀਆ ਭਰ ਦੇ ਵਿੱਚ 80 ਕਿਸਮਾਂ ਗਿਣੀਆਂ ਗਈਆਂ, ਪਰ ਆਸਟ੍ਰੇਲੀਆ 'ਚ 20 ਕਿਸਮਾਂ ਜਿਹੜੀਆਂ ਪ੍ਰਚਲਿਤ ਆ, ਜਿਹੜੀਆਂ ਫਰਵਰੀ ਤੋਂ ਲੈ ਕੇ ਮਈ ਦੇ ਮਹੀਨੇ ਤੱਕ ਪਿਕਿੰਗ ਹੁੰਦੀ ਆ। ਜਦੋਂ ਪਿਕਿੰਗ ਹੁੰਦੀ ਹੈ, ਇੱਕ ਇੱਕ ਬਲਾਕ 'ਚ 2-2, 3-3 ਸੌ ਬੰਦਾ ਪਿਕਰ ਦੇ ਤੌਰ ਤੇ ਕੰਮ ਕਰਦਾ। ਤੇ ਹੁਣ ਅਸੀਂ ਥੋੜਾ ਜਿਹਾ ਝਾਤ ਆ ਇੱਧਰ ਵੀ ਤੇ ਸਾਡੇ ਉੱਧਰਲੇ ਭਰਾਵਾਂ ਵੱਲ ਵੀ ਪਾ ਲੈਣੇ ਆ। ਜੀ ਜੀ ਬਿਲਕੁਲ ਜੀ, ਕਾਫੀ ਡਿਫਰੈਂਸ ਹੁੰਦਾ ਜੀ। ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਇੱਧਰਲੇ ਜਿਹੜੇ ਨੌਜਵਾਨ ਆ, ਇੱਧਰ ਕੰਮ ਕਰਨ ਦੀ ਬਜਾਏ ਉੱਧਰ ਜਾ ਕੇ ਜ਼ਿਆਦਾ ਕੰਮ ਕਰਨਾ ਪਸੰਦ ਕਰਦੇ ਆ, ਕਿਉਂਕਿ ਉੱਧਰ 12 ਵਜੇ ਤੱਕ ਵੀ ਉਹ 500-500 ਮੱਝਾਂ ਚੋ ਸਕਦੇ ਆ, ਕਾਫੀ ਸਾਰੇ ਖੇਤੀ ਦੇ ਜਿਹੜੇ ਕੰਮਕਾਰ ਹੈਗੇ ਉਹ ਕਰ ਸਕਦੇ ਆ। ਪਰ ਇੱਧਰ ਉਹਨਾਂ ਨੂੰ ਪਤਾ ਨਹੀਂ ਕਿਉਂ, ਜਾਂ ਤਾਂ ਉਹਨਾਂ ਦੇ ਵਿੱਚ ਕਰੇਜ਼ ਘੱਟ ਆ, ਜਾਂ ਫਿਰ ਉਹ ਇਹ ਸੋਚਦੇ ਆ ਕਿ ਪੈਸਾ ਘੱਟ ਆ, ਜਾਂ ਫਿਰ ਕੋਈ ਸਹੂਲਤ ਹੈ ਨਹੀਂ, ਜਾਂ ਕੀ ਇਹਦੇ ਪਿੱਛੇ ਕਾਰਨ ਹੈਗੇ ਉਹ ਅਸੀਂ। ਹਾਂਜੀ ਦੇਖੋ ਜੀ, ਮੈਂ ਤੁਹਾਨੂੰ ਪਾਲਣ ਪੋਸ਼ਣ ਤੇ ਗੱਲ ਕਰੂੰਗਾ। ਜੇ ਅਸੀਂ ਹੁਣ ਇਹ ਗੱਲ ਸਾਰਿਆਂ ਤੇ ਇੰਡਾ ਢੁਕਦੀ ਕਰ ਸਕਦੇ, ਤੁਸੀਂ ਇੱਕ ਪਿੰਡ 'ਚ ਜਾਓ, ਪਿੰਡ 'ਚ ਤੁਹਾਨੂੰ 10-20 ਘਰ ਇਹੋ ਜਿਹੇ ਮਿਲ ਜਾਣਗੇ ਜਿਹਨਾਂ ਦੇ ਬੱਚੇ ਬਹੁਤ ਮਿਹਨਤੀ ਆ, ਕੰਮ ਕਰਦੇ ਆ, ਸਿੱਧੇ ਹੋ ਕੇ ਖੇਤੀ ਕਰ ਰਹੇ ਆ, ਸਭ ਕੁਛ ਆ, ਉਹਨਾਂ ਨੂੰ ਕੋਈ ਇਸ ਚੀਜ਼ ਦੀ ਸ਼ਿਕਨ ਵੀ ਨਹੀਂ। ਪਰ ਸਾਡੇ ਤਾਂ ਜ਼ਿਆਦਾਤਰ ਇਹ ਆ ਜਾਂਦੀ ਹੈ ਵੀ ਸਾਨੂੰ ਸੰਸਕਾਰ ਜਾਂ ਪਾਲਣ ਪੋਸ਼ਣ 'ਚ ਕੁਝ ਕਿਹੋ ਜਿਹੀਆਂ ਗੱਲਾਂ ਆ ਜਾਂਦੀਆਂ ਵੀ ਜੇ ਨਹੀਂ ਪੜ੍ਹਨਾ ਤਾਂ ਕੋਈ ਨਹੀਂ ਖੇਤੀ ਕਰ ਲਈ, ਤੇ ਕੋਈ ਕਿਤੋਂ ਸਿੱਖਿਆ ਨਹੀਂ ਜਾਂਦਾ, ਕੋਈ ਪੜ੍ਹਾਈ ਨਹੀਂ ਕੀਤੀ ਜਾਂਦੀ, ਤੇ ਸਿੱਧਾ ਖੇਤੀ 'ਚ ਚਲਾ ਜਾਂਦੇ ਆ। ਪਹਿਲਾਂ ਬਾਪ ਜਿਹੜਾ ਖੇਤੀ 'ਚ ਧੋਖੇ ਖਾ ਕੇ ਕਰਜ਼ਾਈ ਹੋਇਆ ਹੁੰਦਾ ਉਹਨੇ ਤਜਰਬਿਆਂ 'ਚ, ਤੇ ਬਾਪ ਕੀ ਕਰਦਾ, ਜਿਸ ਦਿਨ ਬੇਟਾ ਤਿਆਰ ਹੋ ਜਾਂਦਾ ਉਸ ਦਿਨ ਆਪ ਬੋਰ ਥੱਲੇ ਚਲਾ ਜਾਂਦਾ, ਆਪਦੇ ਤਜਰਬਿਆਂ ਦਾ ਕੋਈ ਫਾਇਦਾ ਨਹੀਂ ਦਿੰਦਾ, ਬੇਟੇ ਨੂੰ ਉਸ ਸਟਰਗਲ ਦੇ ਵਿੱਚ ਛੱਡ ਦਿੰਦਾ। ਇਹ ਕੁਝ ਨਾ ਕੁਝ ਕਾਰਨ ਆ, ਤੇ ਪਰ ਵਿਦੇਸ਼ ਦੇ ਵਿੱਚ ਕੀ ਹੋ ਜਾਂਦਾ, ਜਦੋਂ ਅਸੀਂ ਵਿਦੇਸ਼ ਜਾਂਦੇ ਹਾਂ ਤਾਂ ਉੱਥੇ ਤੁਹਾਡੀਆਂ ਕੁਝ ਇੱਕ ਮਜ਼ਬੂਰੀਆਂ ਹੋ ਜਾਂਦੀਆਂ, ਤੁਸੀਂ ਇੱਥੋਂ ਦਾ ਰੁਪਈਆ ਉੱਥੇ ਕੁਝ ਕਰਦਾ ਨਹੀਂ, ਸਾਨੂੰ ਉੱਥੇ ਰੁਪਈਆ ਕਮਾਉਣ ਲਈ ਕੰਮ ਕਰਨਾ ਪੈਂਦਾ, ਫਿਰ ਅਸੀਂ ਯੂਜ਼ ਟੂ ਹੋ ਜਾਂਦੇ ਹਾਂ, ਤੇ ਕੰਮ ਹਮੇਸ਼ਾ ਹੀ ਰੰਗ ਲਿਆਉਂਦਾ, ਮਿਹਨਤ ਹਮੇਸ਼ਾ ਹੀ ਰੰਗ ਲਿਆਉਂਦਾ। ਬਿਲਕੁਲ ਬਿਲਕੁਲ, ਇੱਕ ਦਰਸ਼ਕ ਸਾਡੇ ਕੋਲ ਪਹੁੰਚ ਚੁੱਕੇ ਨੇ, ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ। ਹੈਲੋ ਹੈਲੋ ਜੀ, ਸਵਾਗਤ ਹੈ ਜੀ। ਹਾਂ ਜੀ, ਥੈਂਕ ਯੂ ਜੀ।
ਹਾਂਜੀ ਦਿਲਦਾਰ ਜੀ, ਹਾਂਜੀ ਬਲਵੀਰ ਸਿੰਘ ਦਿਲਦਾਰ ਪਟਿਆਲਾ ਤੋਂ ਬੇਨਤੀ ਕਰ ਰਿਹਾ ਜੀ। ਜੀ ਜੀ ਦੇਖੋ ਬਰਾੜ ਸਾਹਿਬ ਬਹੁਤ ਹੀ ਵਧੀਆ ਮੂਲ ਗੱਲਾਂ ਨੇ ਜਿਹੜੀਆਂ ਦੱਸ ਰਹੇ ਨੇ ਜੀ, ਔਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਇੱਕ ਤਾਂ ਇਹਨਾਂ ਦਾ ਉੱਥੇ ਫਾਰਮ ਕਿੰਨੇ ਵਿਘਿਆ ਦਾ ਹੈ ਜਾਂ ਕਿੰਨੇ ਏਕੜ ਦਾ ਹੈ। ਨੰਬਰ 2 ਤੇ ਜਿਸ ਤਰ੍ਹਾਂ ਸਾਡੇ ਨੌਜਵਾਨ ਇੱਥੋਂ ਜਾਂਦੇ ਨੇ, ਕਈ ਗੈਰ ਕਾਨੂੰਨੀ ਤੌਰ ਤੇ ਵੀ ਚਲੇ ਜਾਂਦੇ ਨੇ, ਕਈ ਕਾਨੂੰਨੀ ਤੌਰ ਤੇ ਵੀ ਚਲੇ ਜਾਂਦੇ ਨੇ, ਉਹਨਾਂ ਨੂੰ ਉੱਧਰ ਜਾ ਕੇ ਕੰਮ ਨਹੀਂ ਮਿਲਦਾ, ਉਹ ਕਈ ਵਿਚਾਰੇ ਪੁਲਾਂ ਥੱਲੇ ਰਾਤਾਂ ਕੱਟਦੇ ਨੇ, ਕਈ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਨੇ। ਸੋ ਬਰਾੜ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਸਾਡੇ ਪੰਜਾਬ ਤੋਂ ਗਏ ਨੌਜਵਾਨਾਂ ਦੀ ਇਹਨਾਂ ਨੇ ਇਸ ਤਰ੍ਹਾਂ ਭਟਕਦੇ ਹੋਏ ਨੌਜਵਾਨਾਂ ਦੀ ਕਿਤੇ ਮਦਦ ਕੀਤੀ ਹੋਵੇ, ਆਪਣੇ ਫਾਰਮ ਦੇ ਵਿੱਚ ਉਹਨਾਂ ਨੂੰ ਕੰਮ ਦਿੱਤਾ ਹੋਵੇ, ਤੇ ਏਦਾਂ ਦੀ ਕੋਈ ਉਦਾਹਰਣ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ। ਔਰ ਕਿੰਨੇ ਕੁ ਬੰਦੇ ਇਹਨਾਂ ਦੇ ਫਾਰਮ 'ਚ ਕੰਮ ਕਰਦੇ ਨੇ, ਉਹਨਾਂ 'ਚ ਕਿੰਨੇ ਕੁ ਪੰਜਾਬੀ ਨੇ ਔਰ ਕਿੰਨੇ ਕੁ ਗੋਰੇ ਨੇ? ਥੈਂਕ ਯੂ ਜੀ, ਸ਼ੁਕਰੀਆ ਜੀ। ਸਭ ਤੋਂ ਪਹਿਲੇ ਕਹਿੰਦੇ ਕਿ ਤੁਹਾਡੇ ਜਿਹੜੇ ਉੱਥੇ ਫਾਰਮ ਨੇ ਜਿਹੜੇ ਤੁਸੀਂ ਖੇਤੀ ਕਰਦੇ ਹੋ, ਕਿੰਨੀ ਏਕੜ ਦੀ ਤੁਹਾਡੀ ਜ਼ਮੀਨ ਹੈ? ਮੈਂ ਇਹਨਾਂ ਦੀ ਜਿਹੜੀ ਗੱਲ, ਜਿਹੜਾ ਇਸ ਕੁਐਸਚਨ ਦੀ ਸਾਰੀ ਸੈਂਸ ਦੇ ਨਾਲ ਤੁਹਾਨੂੰ ਜਵਾਬ ਦੇਵਾਂ। ਜਿਹੜੀ ਖੇਤੀ ਦਾ ਜਿਹੜਾ ਸਿਸਟਮ ਆ, ਮੈਂ ਇੱਥੇ ਕਰ ਰਿਹਾ ਗ੍ਰੀਨ ਹਾਊਸ ਦੀ ਖੇਤੀ, ਜਿਹੜੀ ਕਿ ਏਕੜਾਂ 'ਚ ਨਹੀਂ ਹੁੰਦੀ, ਉਹਨਾਂ ਦੇ ਸ਼ੈਡਾਂ ਦੀ ਗਿਣਤੀ ਹੁੰਦੀ ਆ। ਅੱਛਾ ਜੀ। ਮੈਂ ਤਕਰੀਬਨ 23 ਜਿਹੜੇ ਸ਼ੈਡਾਂ ਦੇ ਵਿੱਚ ਖੇਤੀ ਸ਼ੁਰੂਆਤ ਕੀਤੀ ਆ, ਪਰ ਜਿਹੜੀ ਉੱਥੇ ਜ਼ਮੀਨ ਦਾ ਪੈਮਾਨਾ ਉਹ ਏਕੜਾਂ 'ਚ ਹੀ ਆ, ਬਿੱਘਿਆਂ ਦੇ ਵਿੱਚ ਨਹੀਂ ਹੈ। ਏਕੜਾਂ ਦੇ ਵਿੱਚ ਖੇਤੀ ਹੁੰਦੀ ਜਾਂਦੀ ਹੈ, ਅਤੇ ਖੇਤੀ ਦੇ ਵਿੱਚ ਡਿਪੈਂਡ ਕਰਦਾ, ਜੇ ਤੁਸੀਂ ਅੰਗੂਰਾਂ ਦੀ ਖੇਤੀ ਕਰਦੇ ਆ ਤਾਂ ਇੱਕ ਫੈਮਿਲੀ 50 ਤੋਂ 100 ਕਿੱਲਾ ਦੀ ਅੰਗੂਰਾਂ ਦੀ ਖੇਤੀ ਨੋਰਮਲ ਕਰ ਰਹੀ ਆ। ਕਈ ਘਰ ਮਿਲ ਜਾਣਗੇ ਜਿਹਨਾਂ ਕੋਲ 200-400-500 ਏਕੜ ਵੀ, ਕਿਉਂਕਿ ਉਹ ਖੇਤੀ ਆ, ਵਾਈਨਰੀ ਆ, ਅਤੇ ਉਹਦੇ ਜ਼ਿਆਦਾ ਮਸ਼ੀਨੀ ਕੰਮ ਆ, ਵਾਈਨ ਬਣਦੀ ਆ। ਜਿਹੜੀ ਸੰਤਰਿਆਂ ਦੀ ਖੇਤੀ ਆ, ਸੰਤਰਿਆਂ ਦੀ ਖੇਤੀ ਦੇ ਵਿੱਚ ਵੀ ਇਹੀ ਪੋਜੀਸ਼ਨ ਆ ਵੀ ਸੰਤਰੇ ਜਿਹੜੇ ਉਹਦੇ 'ਚ ਲੇਪ, ਮਸ਼ੀਨ ਕੋਈ ਨਹੀਂ ਤੋੜਦੀ, ਬੰਦੇ ਤੋੜਦੇ ਆ, ਸੋ ਉਹ ਵੀ 50 ਕਿੱਲਿਆਂ ਤੋਂ ਤੱਕ ਵੱਧ ਬੰਦੇ ਤੋਂ ਕੰਟਰੋਲ ਨਹੀਂ ਹੁੰਦੇ। ਸਟੋਨ ਫਰੂਟ ਦੇ ਵਿੱਚ ਵੀ ਇਹੀ ਆ, ਬੇਰੀ ਦੇ ਵਿੱਚ ਵੀ ਇਹੀ ਆ, ਪਰ ਜੇ ਤੁਸੀਂ ਅੰਗੂਰ ਜਾਂ ਬਦਾਮ ਜਿਹੜੀ ਕਿ 1 ਸਾਲ 'ਚ ਇੱਕ ਵਾਰ ਖੇਤੀ ਹੁੰਦੀ ਆ, ਉੱਥੇ ਉਹ ਵੱਡੇ ਫਾਰਮ ਆ। ਜਿਹੜੀ ਕੰਮ ਦੇਣ ਦੀ ਗੱਲ ਆ, ਜਿਵੇਂ ਹੁਣ ਅਸੀਂ ਗ੍ਰੀਨ ਹਾਊਸ ਕਰ ਰਹੇ ਹਾਂ ਤਾਂ 7-8 ਬੰਦੇ ਸਾਡੇ ਕੋਲ ਕੰਮ ਕਰ ਰਹੇ ਆ, ਤੇ ਉਹਦੇ ਵਿੱਚ ਤਕਰੀਬਨ ਸਾਨੂੰ ਪੰਜਾਬੀ ਹੀ ਰੱਖਣੇ ਪੈਂਦੇ ਆ, ਕਿਉਂਕਿ ਸਾਨੂੰ ਸੌਖਾ ਹੋ ਜਾਂਦਾ ਸਮਝਾਉਣਾ ਇੱਕ ਦੂਜੇ ਨੂੰ। ਤੇ ਤਕਰੀਬਨ ਦੂਜੀ ਜਿਹੜੀ ਉਹਨਾਂ ਨੇ ਮਦਦ ਦੀ ਗੱਲ ਕੀਤੀ ਆ, ਅੱਜ ਮੈਂ ਵੱਖਰੇ ਰੂਪ 'ਚ ਇੱਥੇ ਬੈਠਾ, ਅਜੇ ਖੇਤੀਬਾੜੀ ਦੇ ਐਕਸਪਰਟ ਦੇ ਰੂਪ 'ਚ ਗੱਲ ਕਰ ਰਿਹਾ, ਪਰ ਐਕਚੁਅਲੀ ਮੇਰੀ ਲਾਈਨ ਹੀ ਇਹ ਆ ਜੀ। ਮੇਰੀ ਜੇ ਤੁਸੀਂ ਆਸਟ੍ਰੇਲੀਆ 'ਚ ਕਿਸੇ ਤੋਂ ਵੀ ਪੁੱਛੋਗੇ ਤਾਂ ਮੇਰਾ ਨਾਂ ਜਾਂ ਮੇਰੀ ਜਿਹੜਾ ਮੀਡੀਆ, ਇਸੇ ਲਈ ਮੇਰਾ ਬਣਿਆ ਵੀ ਇਹ, ਮੈਂ ਇਹ ਲੜੀ ਚਲਾਈ ਸੀ ਵੀ ਸਟੂਡੈਂਟ ਲਈ ਹੈਲਪਲਾਈਨ ਖੋਲੀ ਸੀ ਸ਼ੁਰੂ 'ਚ 2008 'ਚ, ਤੇ ਅੱਜ ਤੱਕ ਜਾਰੀ ਹੈ ਜੀ। ਅੱਜ ਵੀ ਸਾਡੇ ਅਸੀਂ ਰੇਡੀਓ ਜ਼ਰੀਏ, ਸਾਡਾ ਅਖਬਾਰ ਨਿਕਲਦਾ ਪੰਜਾਬੀ ਅਖਬਾਰ, ਸਾਡੀ ਮੈਗਜ਼ੀਨ ਆ, ਮੇਰੀ ਬੁੱਕ ਵੀ ਪੜ੍ਹ ਸਕਦੇ ਹੋ, ਉਹਦੇ 'ਚ ਬਹੁਤ ਸਾਰੇ ਆਰਟੀਕਲ ਆ, ਪਿਛਲੇ ਸਾਲ ਆਈ ਹੈ ਜੀ ਕੈਂਕੂਨਾਮਾ। ਸੋ ਇਹਨਾਂ ਚੀਜ਼ਾਂ ਦੇ ਜ਼ਰੀਏ ਮੈਂ ਹਰ ਟਾਈਮ ਹਰ ਵਕਤ ਜਿਹੜੇ ਨਵੇਂ ਸਟੂਡੈਂਟ ਜਾਂਦੇ ਉਹਨਾਂ ਦੀ ਹੈਲਪ ਕਰਨ ਦੀ। ਤੁਸੀਂ ਆਪਣੀ ਬੁੱਕ ਬਾਰੇ ਕੁਝ ਦੱਸ ਸਕਦੇ ਹੋ? ਬੁੱਕ ਬਿਲਕੁਲ ਜੀ, ਬੁੱਕ ਮੇਰੇ ਹੱਥ 'ਚ ਹੈ, ਬੁੱਕ ਕੈਂਗਰੂ ਨਾਮਾ ਦੇ ਨਾਂ ਦੇ ਉੱਤੇ, ਜਿਹੜੀ ਪਿਛਲੇ ਸਾਲ ਇਹ ਚੰਡੀਗੜ੍ਹ ਦੇ ਵਿੱਚ ਰਿਲੀਜ਼ ਹੋਈ ਸੀ ਭਰਮੇ ਇਕੱਠ ਦੇ ਵਿੱਚ, ਤੇ ਹੁਣ ਤੱਕ ਸਾਨੂੰ ਬੜੀ ਇਹਦੀ, ਮੈਨੂੰ ਮਾਣ ਨਾਲ ਦੱਸਣਾ ਪੈਂਦਾ ਵੀ ਬਹੁਤ ਹੀ ਹੌਟ ਬੁੱਕ ਇਸ ਸਾਲ ਦੀ ਉਹ ਰਹੀ ਆ। ਤਾਂ ਇਸ ਬੁੱਕ ਦੇ ਲਈ ਮੈਨੂੰ ਹੁਣ ਜਿਹੜਾ ਇੱਕ ਮੀਡੀਆ ਅਵਾਰਡ ਅਨਾਊਂਸ ਹੋਇਆ ਆਸਟ੍ਰੇਲੀਆ ਦੇ ਵਿੱਚ, ਜਿਹੜਾ ਕਿ ਗਵਰਨਰ ਅਵਾਰਡ ਆ, ਤੇ ਮੈਨੂੰ ਲੱਗਦਾ 17 ਮਾਰਚ ਨੂੰ ਮੈਂ ਨੋਮੀਨੇਸ਼ਨ ਮਿਲ ਗਈ ਆ, ਤੇ ਮਿਲਣ ਦੇ ਚਾਂਸਸ ਆ। ਅਮਨ ਜੀ, ਮੈਨੂੰ ਲੱਗਦਾ ਵੀ ਹੁਣ ਕਾਫੀ ਵੀ ਠੰਡੀ ਹੋ ਰਹੀ ਆ, ਬਰਾੜ ਸਾਹਿਬ ਆਏ ਆ, ਤੇ ਥੋੜਾ ਜਿਹਾ ਗੱਲਾਂ ਬਾਤਾਂ ਆਪਣਾ ਪਰਸਨਲ ਕਰ ਲਈਏ, ਤੇ ਨਾਲ ਦਰਸ਼ਕਾਂ ਨੂੰ ਨਜ਼ਰ ਗੀਤ ਕਰ ਦਿੰਦੇ ਜੀ, ਆਓ ਛੁੱਟਦੇ ਇਸ ਗੀਤ ਦੇ ਨਾਲ ਜੀ। ਬਿਲਕੁਲ
ਜੀ ਬਰਾੜ ਸਾਹਿਬ ਸਾਡੇ ਕੋਲ ਨੇ, ਬਰਾੜ ਸਾਹਿਬ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਖੇਤੀਬਾੜੀ ਦੇ ਉੱਤੇ, ਇੱਕ ਨਾ ਮੈਨੂੰ ਲਾਈਨ ਚੇਤੇ ਆ ਗਈ ਵੀ ਅਸੀਂ ਵੀ ਇੱਧਰ ਖੇਤੀ ਦੀਆਂ ਨੀਹਾਂ ਨਵੀਆਂ ਤੋਰਨੀਆਂ, ਘਬਰਾ ਨਾ ਨੌਜਵਾਨਾਂ ਬਣਾ ਦੇਣਾ ਹੀ ਕੈਲੇ ਫੋਰਨੀਆਂ। ਸਾਨੂੰ ਵੀ ਸਾਡਾ ਵੀ ਦਿਲ ਕਰਦਾ ਵੀ ਸਾਡਾ ਪੰਜਾਬ ਜਿਹੜਾ ਹੈਗਾ ਆ ਉਹ ਬਾਹਰਲੇ ਦੇਸ਼ਾਂ ਤਰ੍ਹਾਂ ਤਰੱਕੀ ਕਰੇ, ਨਵੇਂ ਨਵੇਂ ਢੰਗ ਆਉਣ। ਤਾਂ ਜੇ ਕਿਤੇ ਕੋਈ ਉੱਧਰਲਾ ਗੋਰਾ ਜਾਂ ਫਿਰ ਉੱਧਰਲਾ ਕੋਈ ਸਫਲ ਕਿਸਾਨ ਆਪਾਂ ਇੱਧਰ ਲੈ ਆਈਏ, ਇਹਦਾ ਕਿੰਨਾ ਕੁ ਪ੍ਰਭਾਵ ਪੈ ਸਕਦਾ ਸਾਡੀ ਖੇਤੀ ਉੱਤੇ? ਬਿਲਕੁਲ ਜੀ, ਪਰ ਮੈਂ ਪਹਿਲਾਂ ਨਾ ਇੱਕ ਥੋੜ੍ਹੀ ਜਿਹੀ ਗੁਜ਼ਾਰਿਸ਼ ਕਰਨੀ ਹੈ ਤੁਹਾਨੂੰ ਜੀ, ਵੀ ਤੁਸੀਂ ਬੜੀਆਂ ਮਿੱਠੀਆਂ ਮਿੱਠੀਆਂ ਜਿਹੀਆਂ ਗੱਲਾਂ ਕਰ ਰਹੇ ਹੋ ਤੇ ਮਿੱਠੀ ਕੌਫੀ ਵੀ ਪਿਆ ਤੀ, ਮੈਂ ਪਹਿਲਾਂ ਮੇਰੀ ਸ਼ੂਗਰ ਬਾਰਡਰ ਲਾਈਨ ਤੇ, ਤੁਸੀਂ ਮੈਨੂੰ ਕਰਕੇ ਸਵਾਲ ਕਰਿਓ ਕਿ ਮੈਂ ਇਹਦਾ ਗ੍ਰਸਤ ਨਾ ਹੋ ਜਾ। ਅੱਛਾ ਜੀ, ਸੋ ਤੁਸੀਂ ਬੜੀ ਵਧੀਆ ਗੱਲ ਚੱਕੀ ਆ ਵੀ ਜਿਹੜਾ ਅਸੀਂ ਆਮ ਇਹਨੂੰ ਇੱਕ ਚੁਟਕਲਾ ਜਿਹਾ ਬਣਾ ਕੇ ਰੱਖਤਾ ਸੋਸ਼ਲ ਮੀਡੀਆ ਨੇ ਜਾਂ ਹੋਰ ਵੀ ਇਹਨੂੰ ਕੈਲੀਫੋਰਨੀਆ ਬਣਾਉਣਾ ਜਾਂ ਹੋਰ, ਇਹਨੂੰ ਇਸ ਐਂਗਲ ਤੋਂ ਨੀ ਮੈਂ ਦੇਖਦਾ। ਜੇ ਕੋਈ ਸੁਪਨਾ ਲਿਆ ਜਾਂਦਾ ਜਾਂ ਸੁਪਨਾ ਲਿਆ ਤਾਂ ਉਹਨੂੰ ਪੂਰਾ ਕਰਨ ਬਾਰੇ ਸੋਚੋ, ਉਹਨੂੰ ਮਜ਼ਾਕ ਉਡਾਉਣ ਬਾਰੇ ਨਾ ਸੋਚੋ। ਜੇ ਕੋਈ ਇੱਕ ਬੰਦੇ ਨੇ ਬਿਆਨ ਦਿੱਤਾ, ਮੰਨ ਲਓ ਮੈਂ ਇੱਕ ਫੇਵਰ ਨਹੀਂ ਕਰ ਰਿਹਾ ਕੋਈ ਸਿਆਸਤ ਦੀ ਜਾਂ ਕਿਸੇ ਦੀ ਵੀ, ਪਰ ਮੈਂ ਰਿਕਾਰਡ ਕਰ ਰਿਹਾ ਵੀ ਜੇ ਇੱਕ ਬੰਦੇ ਨੇ ਕਿਸੇ ਨੇ ਕਹਿਤਾ ਵੀ ਆਪਾਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ ਜਾਂ ਬਣਾ ਸਕਦੇ ਹਾਂ, ਤੇ ਜੇ ਦੂਜੇ ਦਾ ਸਿਰਫ ਮਜ਼ਾਕ ਹੀ ਉਡਾਈ ਜਾਣਗੇ ਤਾਂ ਕਿਵੇਂ ਬਣਾ ਦੂਗਾ? ਨਹੀਂ ਬਣ ਸਕਦੇ ਨਾ, ਕਿੰਨਾ ਕਰ ਦੇ। ਉਦਾਹਰਨ ਦੇ ਤੌਰ ਤੇ, ਕਿਉਂਕਿ ਜਦੋਂ ਅਸੀਂ ਕੁਛ ਚੰਗਾ ਜਾਂ ਸੂਝਵਾਨ ਬਣਨਾ ਹੋਵੇ ਜਾਂ ਦਾਰਸ਼ਨਿਕ ਬਣਨਾ ਹੋਵੇ ਤਾਂ ਅਸੀਂ ਦੇਖੀਦਾ ਸਵਾਮੀ ਵਿਵੇਕਾਨੰਦ ਨੂੰ, ਰਵਿੰਦਰਨਾਥ ਟੈਗੋਰ ਨੂੰ, ਆਈਡੀਅਲ, ਉਹਨੂੰ ਇੱਕ ਮਜ਼ਾਹੀਆ ਲਹਿਜ਼ੇ ਦੇ ਨਾਲ ਤਾਂ ਅਸੀਂ ਕਦੀ ਨਹੀਂ ਦੇਖਿਆ ਨਾ, ਕਿਉਂਕਿ ਜਦੋਂ ਗੱਲ ਅਸੀਂ ਮਿਹਨਤ ਦੀ, ਸੰਜੀਦਗੀ ਦੀ, ਜਦੋਂ ਗੰਭੀਰਤਾ ਦੀ ਕਰਦੇ ਹਾਂ ਬਰਾੜ ਸਾਹਿਬ, ਉਸ ਵੇਲੇ ਸਾਡੇ ਜਿਹੜੇ ਆਈਡੀਅਲ, ਸਾਡੇ ਜਿਹੜੇ ਆਦਰਸ਼ ਨੇ ਉਹ ਸਾਡੇ ਸਾਹਮਣੇ ਹੁੰਦੇ ਆ। ਸੋ ਜੇ ਅਸੀਂ ਕੈਲੀਫੋਰਨੀਆ ਦੀ ਗੱਲ ਵੀ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਉਹ ਸਿਰਫ ਇੱਕ ਇਜ਼ਾਫਾ ਹੋਊਗਾ ਮਿਹਨਤ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਮਿਹਨਤ ਕਰਨ ਵਾਸਤੇ ਪ੍ਰੇਰਦੇ ਹਾਂ ਨੌਜਵਾਨਾਂ। ਹੁਣ ਮੈਨੂੰ ਇਸ ਦਾ ਪੁੱਛਿਆ ਜਾਂਦਾ, ਮੈਨੂੰ ਪੁੱਛਣ ਦਾ ਮੌਕਾ ਮਿਲੇ ਸਾਡੇ ਸਿਆਸਤਦਾਨਾਂ ਨੂੰ ਜਾਂ ਜੋ ਕਹਿੰਦੇ ਆ ਕੈਲੀਫੋਰਨੀਆ ਬਣਾਉਣ ਲਈ, ਤਾਂ ਮੈਂ ਉਹਨਾਂ ਨੂੰ ਇਹ ਪੁੱਛੂਗਾ ਵੀ ਮੈਨੂੰ ਆਈਡੀਆ ਦਿਓ, ਤੁਸੀਂ ਕੀ ਹੈਲਪ ਕਰੋਗੇ, ਮੈਂ ਕੀ ਕਰਾਂ, ਸਾਨੂੰ ਗਾਈਡੈਂਸ ਦਿਓ, ਆਪਾਂ ਬਣਾ ਕੇ ਅਸੀਂ ਤੁਹਾਡੇ ਨਾਲ ਖੜਦੇ ਹਾਂ, ਤੁਸੀਂ ਤੁਰੋ ਨਾਲ। ਜੇ ਫਿਰ ਉਹ ਮਦਦ ਨਹੀਂ ਕਰਦੇ, ਕੱਲੀ ਬਿਆਨਬਾਜ਼ੀ ਆ, ਫਿਰ ਅਸੀਂ ਉਹਨਾਂ ਨੂੰ ਕੁਛ ਕਹਿ ਸਕਦੇ ਹਾਂ। ਜੇ ਆਪਾਂ ਸਫਲ ਕਿਸਾਨ ਉਧਰੋਂ ਲੈ ਆਈਏ ਇੱਕ, ਤਾਂ ਕਿੰਨਾ ਕੁ ਪ੍ਰਭਾਵਿਤ ਕਰ ਸਕਦਾ ਸਾਨੂੰ, ਕਿੰਨਾ ਕੁ ਫਾਇਦਾ ਹੋ ਸਕਦਾ ਸਾਡੇ ਦੇਸ਼ ਨੂੰ? ਦੇਖੋ, ਜੇ ਸਫਲ ਕਿਸਾਨ ਆਪਣੇ ਬੇਸ ਤੇ ਆਉਂਦਾ ਤਾਂ ਉਹ ਆਪਣੀ ਰੋਜੀ ਰੋਟੀ ਇੱਥੇ ਚਲਾਊਗਾ ਵਧੀਆ, ਕਿਉਂਕਿ ਉਹ ਯੂਜ਼ ਟੂ ਆ ਮਿਹਨਤ ਕਰਨ ਦਾ, ਟੈਕਨੀਕ ਯੂਜ਼ ਕਰਨੀ ਜਾਣ ਦਾ, ਤੇ ਚੰਗੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰੂਗਾ। ਭਾਵੇਂ ਖੇਤੀ ਆ ਜਿਹੜੀ ਮੌਸਮ ਸੇਤੀ ਵੀ ਹੁੰਦੀ ਆ, ਖਸਮਾ ਸੇਤੀ ਵੀ ਹੁੰਦੀ ਆ, ਤੇ ਕਰਮਾ ਸੇਤੀ ਵੀ ਹੁੰਦੀ ਆ, ਇਹ ਚੀਜ਼ਾਂ ਹੈ, ਪਰ ਫਿਰ ਵੀ ਉਹ ਕਿਤੇ ਨਾ ਕਿਤੇ ਇਸ ਚੀਜ਼ ਚ ਉਹ ਇਨਵੋਲਵਮੈਂਟ ਹੋ ਕੇ ਕੁਛ ਕਰ ਲੂਗਾ। ਪਰ ਮੈਂ ਨੀ ਚਾਹੁੰਦਾ ਵੀ ਇੱਕ ਇੰਡੀਵਿਜੁਅਲ ਕਿਸਾਨ ਆ ਕੇ ਆਪਦੀ ਕਾਮਯਾਬੀ ਕਰ ਲਈ, ਆਪਦੇ ਆਲੇ ਦੁਆਲਾ ਸਵਾਰ ਲਿਆ, ਉਹਦਾ ਮੁਲਕ ਨੂੰ ਜਾਂ ਸਾਡੇ ਸਟੇਟ ਨੂੰ ਕੀ ਬੈਨੀਫਿਟ? ਜੀ, ਬੈਨੀਫਿਟ ਫੇਰ ਆ, ਸਾਡੀ ਸਰਕਾਰਾਂ, ਸਾਡੇ ਮਿਨਿਸਟਰ ਵਿਦੇਸ਼ ਦੇ ਦੌਰਿਆਂ ਤੇ ਜਾਂਦੇ ਆ, ਪਰ ਐ ਨਾ ਜਾਣ, ਉਹ ਕੋਈ ਡੀਲ ਕਰਨ ਜਾਣ, ਉੱਥੋਂ ਦੀ ਟੈਕਨੀਕ, ਉੱਥੋਂ ਦੇ ਜ਼ਿਮੀਂਦਾਰਾਂ ਨਾਲ ਬੈਠ ਕੇ ਗੱਲਬਾਤ ਕਰਨ, ਤੇ ਇੱਥੇ ਉਹ ਟੈਕਨੀਕ ਨੂੰ ਤਜਰਬੇ ਦੇ ਤੌਰ ਤੇ ਕਰਨ, ਤੇ ਸਰਕਾਰ ਉਹ ਚੀਜ਼ਾਂ ਕਰੇ। ਹੁਣ ਮੈਨੂੰ ਇੱਕ ਚੀਜ਼ ਅੱਜ ਕੀ ਪਤਾ ਲੱਗਿਆ, ਮੈਂ ਖੇਤੀਬਾੜੀ ਡਿਪਾਰਟਮੈਂਟ 'ਚ ਦੇਖਿਆ ਉੱਥੇ, ਉਹ ਕਹਿੰਦੇ ਇੱਕ ਪੰਨਾ ਵਿਛਾਓ ਤੁਸੀਂ ਘਾਹ ਦੇ ਰੋਕਣ ਲਈ, ਤੇ ਉਹਦਾ ਤੁਹਾਨੂੰ ਇੰਨੇ ਰੁਪਏ ਦਿੱਤੇ ਜਾਣਗੇ, ਤੇ ਮੈਨੂੰ ਉਸ ਚੀਜ਼ 'ਚ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਪੰਨਾ ਉਹ ਵਿਛਾਉਣ ਦੇ ਕਾਰਨ ਕੀ ਆ, ਅਸੀਂ ਉੱਥੇ ਵਿਛਾਉਣੇ ਆ, ਅਸੀਂ ਖੁਦ ਇੱਥੇ ਖੇਤੀ ਦੀਆਂ ਤੁਸੀਂ ਫੋਟੋਆਂ ਦੇਖੀਆਂ ਹੋਣੀਆਂ, ਪੰਨਾ ਵਿਛਾ ਕੇ ਅਸੀਂ ਉਹਦੇ 'ਚ ਲਾਉਣੇ ਆ, ਬਿਲਕੁਲ। ਪਰ ਉੱਥੇ ਜੇ ਇੱਥੇ ਪੰਨਾ ਵਿਛਾਇਆ ਪਤਾ ਕੀ ਜਾਊਗਾ, ਵੀ ਇੱਕ ਵਾਰੀ ਫੋਟੋ ਖਿੱਚ ਕੇ ਭੇਜਣੀ ਆ ਡਿਪਾਰਟਮੈਂਟ ਨੂੰ, ਕਿਉਂਕਿ 17,000 ਰੁਪਈਆ ਤੁਹਾਨੂੰ ਸਬਸਿਡੀ ਮਿਲੇ, ਉਹਨੂੰ ਯੂਜ਼ ਨਹੀਂ ਵੀ ਪੰਨਾ ਕਾਹਦੇ ਲਈ ਆ,
ਕੀ ਤੁਹਾਨੂੰ ਦੇ ਰਿਹਾ। ਜੇ ਤੁਸੀਂ ਇੱਕ ਇੱਕ ਫਸਲ 'ਚ ਚਾਰ ਵਾਰੀ ਵੀ ਉਹਦੇ ਵਿੱਚੋਂ ਘਾਹ ਮਾਰਨ ਦੀ ਅਤੇ ਖਰਚ ਕਰਦੇ ਹੋ, ਰੇਹਾਂ ਸਪਰੇਆਂ ਪਾਉਣ ਦੇ ਕਰਦੇ ਹੋ, ਪਾਣੀ ਦੀ ਵੇਸਟੇਜ ਹੁੰਦੀ ਆ, ਤਾਂ ਪੰਨਾ ਸਭ ਚੀਜ਼ ਨੂੰ ਸੇਵ ਕਰਦਾ। ਅਸੀਂ 17 ਤੋਂ 1,70,000 ਨਹੀਂ ਬਣਾਉਣਾ, ਅਸੀਂ ਤਾਂ 17,000 ਨਾਲ ਹੀ, ਮਤਲਬ ਉਹ ਉਪਜਾਊ ਸ਼ਕਤੀ ਜਿਹੜੀ ਹੈਗੀ ਆ ਉਹ ਅਸੀਂ ਵੱਧ ਤੋਂ ਵੱਧ ਜਿਹੜੀਆਂ ਫਸਲਾਂ ਲੈ ਕੇ ਉਹਨੂੰ ਨਸ਼ਟ ਕਰ ਰਹੇ ਹਾਂ ਜੀ। ਨਸ਼ਟ ਫਸਲਾਂ ਨਾਲ ਵੀ ਨਹੀਂ ਹੁੰਦੀ ਜੀ, ਪਰ ਸਾਨੂੰ ਥੋੜ੍ਹੀ ਜਿਹੀ ਨਾ ਲੋੜ ਆ, ਜਿਵੇਂ ਸਾਡੀ ਯੂਨੀਵਰਸਿਟੀ ਦੁਨੀਆ ਦੇ ਵਿੱਚ ਮੰਨੀ ਹੋਈ ਹੈ, ਐਗਰੀਕਲਚਰ ਯੂਨੀਵਰਸਿਟੀ, ਈਵਨ ਆਸਟ੍ਰੇਲੀਆ ਨੂੰ ਐਗਰੀਕਲਚਰ ਯੂਨੀਵਰਸਿਟੀ ਨੇ ਪ੍ਰਭਾਵਿਤ ਕੀਤਾ। ਆਸਟ੍ਰੇਲੀਆ ਨੇ 94-95 'ਚ ਇੱਥੋਂ ਮੂੰਝ ਕੇ ਡਾਕਟਰ ਲੈ ਗਈ ਸੀ ਸਾਰੇ, ਭਾਵੇਂ ਵੱਖਰੀ ਗੱਲ ਆ ਉਹ ਡਾਕਟਰ ਆਪਦੀ ਲਾਈਨ 'ਚ ਬਹੁਤ ਘੱਟ ਕੰਮ ਕਰਦੇ ਸਭ। ਜਦੋਂ ਅਸੀਂ ਇੱਕ ਫਸਲ ਲਾਉਂਦੇ ਹਾਂ ਨਾਲ ਹੀ ਪਿੱਛੇ ਦੂਜੀ ਲਾ ਲੈਂਦੇ ਹਾਂ ਸਿਰਫ ਆਪਣੇ ਪ੍ਰੋਫਿਟ ਤੇ ਕਰਕੇ, ਫਿਰ ਤੀਸਰੀ, ਕਿਉਂਕਿ ਜ਼ਮੀਨ ਨੂੰ ਤਾਂ ਅਸੀਂ ਸਾਹ ਵੀ ਨਹੀਂ ਆਉਣ ਦਿੱਤਾ, ਫਿਰ ਰੇਹਾਂ ਸਪਰੇਹਾਂ ਦੀਆਂ ਗੱਲਾਂ ਹੋ ਗਈਆਂ, ਰਸਾਇਣਕ ਖਾਦਾਂ ਦੀਆਂ ਗੱਲਾਂ ਹੋ ਗਈਆਂ, ਭੌਤਿਕ ਖੇਤੀ ਨਾਲ ਵੀ ਇੱਥੇ ਕੋਈ ਗੱਲ ਨਹੀਂ ਹੈਗੀ ਜੀ। ਤੇ ਇਹੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇੱਧਰਲੀ ਖੇਤੀ ਦਾ ਉੱਧਰਲੀ ਖੇਤੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਤੁਸੀਂ ਮੁਕਾਬਲਾ ਕਰੋਗੇ ਕਿ ਉੱਧਰ ਜ਼ਮੀਨ ਕਿਸ ਤਰੀਕੇ ਦੀ ਹੈ, ਕਿਉਂਕਿ ਸਾਨੂੰ ਵੀ ਕੁਛ ਨਾ ਕੁਛ ਇੰਸਪੀਰੇਸ਼ਨ ਮਿਲੇ, ਪ੍ਰੇਰਣਾ ਮਿਲੇ ਕਿ ਉੱਧਰ ਜ਼ਮੀਨ ਇਸ ਤਰੀਕੇ ਦੀ, ਇਸ ਤਰੀਕੇ ਦੀ ਖੇਤੀ ਕੀਤੀ ਜਾਂਦੀ ਹੈ, ਮਿੱਟੀ ਦੀ ਕਿਸਮ ਕਿਹੜੀ ਹੈ ਜੀ, ਉੱਧਰ ਕਿਸ ਤਰੀਕੇ ਦੇ ਨਾਲ ਉਹ ਉਪਜਾਊ ਸ਼ਕਤੀ ਨੂੰ ਸਿਕਿਓਰ ਰੱਖਦੇ ਆ। ਖੇਤੀਬਾੜੀ ਦੇ ਵਿੱਚ ਨਾ ਜਿਹੜਾ ਖੇਤੀ ਲੈਂਗੁਏਜ ਦਾ ਇੱਕ ਸ਼ਬਦ ਆ ਸਾਵੀ, ਜ਼ਮੀਨ ਬੜੀ ਸਾਵੀ ਆ, ਸਾਵੀ ਸ਼ਬਦ ਉਦੋਂ ਵਰਤਦਾ ਆਮ ਪਿੰਡਾਂ ਦੇ ਵਿੱਚ ਲੋਕ ਵੀ, ਉਹਦੇ 'ਚ ਜ਼ਿਆਦਾ ਹਜੇ ਖੇਤੀ ਨਹੀਂ ਹੋਈ, ਫਾਲਤੂ ਦੀ ਉਹਦੇ 'ਚ ਫਰਟੀਲਾਈਜ਼ਰ ਨਹੀਂ ਪਾਈ ਹੋਈ, ਫਾਲਤੂ ਦੀਆਂ ਰੇਹਾਂ ਸਪਰੇਆਂ ਨਹੀਂ ਹੋਈਆਂ, ਤੇ ਝਾੜ ਚੰਗਾ ਹੋਊ ਫਸਲ ਦਾ, ਇਹ ਜੀ ਗੱਲ ਆਉਂਦੀ ਆ। ਜ਼ਮੀਨ ਤੇ ਜੱਟ ਦਾ ਰਿਸ਼ਤਾ ਜੋੜ ਕੇ ਦੇਖਿਆ ਜਾਂਦਾ, ਜ਼ਮੀਂਦਾਰ ਦਾ ਮਿੱਟੀ ਨਾਲ ਮਿੱਟੀ ਹੋਣ ਦੀਆਂ ਗੱਲਾਂ ਹੁੰਦੀਆਂ, ਪਰ ਅੱਜ ਇਹ ਸਮੀਕਰਨ ਬਦਲ ਗਿਆ ਜੀ। ਮੈਂ ਜੇ ਤੁਹਾਨੂੰ ਇੱਥੇ ਕਹਾਂ ਤੁਸੀਂ ਮੇਰਾ ਯਕੀਨ ਨਹੀਂ ਮੰਨਣਾ, ਨਾ ਮਿੱਟੀ ਦੀ ਜਮਾ ਲੋੜ ਨਹੀਂ ਹੈ ਖੇਤੀ ਕਰਨ ਲਈ, ਤੁਸੀਂ ਆਖੋਗੇ ਮਿੱਟੀ ਦੀ ਲੋੜ, ਮਿੱਟੀ ਤੋਂ ਬਣਾ। ਮੈਂ ਹੁਣੇ ਇੱਕ ਨਾ ਇੱਕ ਸੀਰੀਅਲ ਅਸੀਂ ਯੂਟਿਊਬ ਜ਼ਰੀਏ ਹਜੇ ਪਾ ਰਹੇ ਹਾਂ ਪੇਂਡੂ ਆਸਟ੍ਰੇਲੀਆ, ਜਿਹਦੇ 'ਚ ਅਸੀਂ ਪੇਂਡੂ ਆਸਟ੍ਰੇਲੀਆ 'ਚ ਹੋ ਰਹੀ ਖੇਤੀ ਦਿਖਾ ਰਹੇ ਹਾਂ, ਬਹੁਤ ਸਾਰੇ ਦਰਸ਼ਕ ਉੱਥੇ ਯੂਟਿਊਬ 'ਤੇ ਪੇਂਡੂ ਆਸਟ੍ਰੇਲੀਆ ਲਿਖ ਕੇ ਦੇਖਦੇ ਆ। ਉਹਦੇ 'ਚ ਮੈਂ ਹੁਣ ਇੱਕ ਨਿਊਜ਼ੀਲੈਂਡ ਦਾ ਐਪੀਸੋਡ ਆ ਰਿਹਾ ਆਉਣ ਵਾਲਾ, ਲੇਟੈਸਟ ਸਾਡੇ ਮਨਪ੍ਰੀਤ ਸਿੰਘ ਢੀਂਡਸਾ ਐਡੀਟ ਕਰ ਰਹੇ ਅੱਜ, ਉਹ ਉਹਦੇ ਵਿੱਚ ਜਿਹੜੀ ਕੀ ਆ ਉਹਦੇ 'ਚ ਦਿਖਾਇਆ ਵੀ ਕਿਵੇਂ ਏਰੋਪੋਨਿਕ ਹੋ ਗਈ। ਪਹਿਲਾਂ ਖੇਤੀ ਗ੍ਰੀਨ ਹਾਊਸ 'ਚ ਆਈ, ਜ਼ਮੀਨ 'ਚ ਹੁੰਦੀ ਸੀ, ਫਿਰ ਹਾਈਡਰੋਪੋਨਿਕ ਹੋਈ, ਹੁਣ ਏਰੋਪੋਨਿਕ ਹੋ ਗਈ ਆ, ਹਵਾ ਦੇ ਵਿੱਚ ਖੇਤੀ, ਮਿੱਟੀ ਨਾਂ ਦੀ ਕੋਈ ਚੀਜ਼ ਨਹੀਂ। ਅੱਛਾ ਜੀ, ਮੈਂ ਇੱਕ ਫਾਰਮ 'ਚ ਗਿਆ ਜੀ ਨਿਊਜ਼ੀਲੈਂਡ ਦੇ ਵਿੱਚ, ਉਸ ਫਾਰਮ ਦੇ ਵਿੱਚ ਜਿਹੜੀ ਉਹ ਲੈਟਸ ਪੈਦਾ ਕਰ ਰਹੇ ਆ, ਜਿਹੜੀ ਜਿਹਨੂੰ ਫੈਂਸੀ ਲੈਟਸ ਕਿਹਾ ਜਾਂਦਾ, ਤੇ ਉਹ ਚੰਗੇ ਚੰਗੇ ਹੋਟਲਾਂ 'ਤੇ ਸਾਰੇ ਕਿਤੇ ਵਿਕਦੀ ਆ। ਇੱਕ ਸਾਲ 'ਚੋਂ ਬੰਦਾ 12 ਫਸਲਾਂ ਲੈ ਰਿਹਾ, ਫਿਰ ਇਹ ਕਿਵੇਂ ਅਸੀਂ ਕਹਿ ਸਕਦੇ ਵੀ ਫਸਲ ਦੇ ਮਗਰ ਫਸਲ, ਉਹ 12 ਫਸਲਾਂ ਲੈ ਰਿਹਾ, ਪਰ ਉਹ ਕੀ ਆ, ਉਹ ਪਾਈਪ ਦੇ ਵਿੱਚ ਪਾਣੀ ਸਰਕਲ ਕੀਤਾ ਜਾਂਦਾ ਤੇ ਪਾਣੀ ਦੇ ਵਿੱਚ ਆਪਣੀ ਸਪੰਜ ਰੱਖ ਕੇ ਉਹਦੇ 'ਚ ਬੀਜ ਲਾ ਕੇ ਉਹ 'ਚੋਂ ਉਗਾਈ ਜਾਂਦੀ ਆ, ਤੇ ਜਿਹੜੀ ਨਿਊਟ੍ਰੀਸ਼ਨ ਆ ਉਹਨੂੰ ਇਹ ਕੰਪਿਊਟਰ ਦੇ ਥਰੂ ਉਹਨੂੰ ਪਾਣੀ ਦਿੱਤਾ ਜਾਂਦਾ, ਤੇ ਕੰਪਿਊਟਰ ਦੇ ਵਿੱਚ ਫੀਡ ਆ ਸੋਫਟਵੇਅਰ ਕਿਹੜੀ ਫਸਲ ਨੂੰ ਕਿੰਨੀ ਨਿਊਟ੍ਰੀਸ਼ਨ ਚਾਹੀਦੀ ਹੈ, ਤੇ ਨਾਲ ਨਾਲ ਉਹਨਾਂ ਨੇ 10 ਦੇ ਨੇ ਡਰਮ ਲਾ ਰੱਖਿਆ ਕਿਸੇ ਨਾਈਟ੍ਰੋਜਨ ਆ ਕਿਸੇ ਪੋਟਾਸ਼ ਆ। ਅੱਛਾ ਬ੍ਰਦਰ ਸਾਹਿਬ, ਇੱਕ ਸੂਝਵਾਨ ਦਰਸ਼ਕ ਪਹੁੰਚ ਚੁੱਕੇ, ਆਪਾਂ ਉਹਨਾਂ ਦਾ ਸਵਾਗਤ ਕਰ ਲਈਏ ਜੀ। ਬਿਲਕੁਲ, ਹਾਂ ਜੀ, ਜੀ ਆਇਆਂ ਨੂੰ। ਹੈਲੋ ਹੈਲੋ ਜੀ, ਸਵਾਗਤ ਹੈ ਜੀ। ਹਾਂਜੀ, ਮੇਰਾ ਸਵਾਲ ਹੈ ਜੀ ਕਿ ਜੀ ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਰਹੀ ਹੈ ਜੀ, ਸ਼੍ਰੀ ਮੁਕਤਸਰ ਸਾਹਿਬ ਤੋਂ ਜੀ। ਹਾਂ ਜੀ, ਗੁਰਮੇਲ ਸਿੰਘ ਜੀ। ਵੀ ਆਪਣੇ ਇੱਥੇ ਜਿਵੇਂ ਪੰਜਾਬ ਦੇ ਵਿੱਚ ਨਾਲ ਹੀ ਦਾ ਕਿਸਾਨ ਬ੍ਰਹਮੀ ਲੈ ਜਾਂਦਾ ਹੈ, ਨਾਲ ਹੀ ਤੋੜਨ ਵਾਸਤੇ ਲੈ ਜਾਂਦਾ ਫਲ ਫਰੂਟ ਨੂੰ, ਕੀ ਵਿਦੇਸ਼ਾਂ ਦੇ ਵਿੱਚ ਕੋਈ ਇਹਦੇ ਬਾਰੇ ਰੋਕਥਾਮ ਹੈ ਵੀ ਜਾਂ ਉਹਦਾ ਜਿਹੜੀ ਸਬਜ਼ੀ ਵਗੈਰਾ ਉਹ ਉੱਥੇ ਟੈਸਟ ਹੁੰਦੀ ਹੋਵੇ? ਆਪਣੇ ਤਾਂ ਇੱਥੇ ਸੁਬਹਾ ਸਪਰੇਅ ਕਰਦੇ ਆ, ਸ਼ਾਮ ਨੂੰ ਤੋੜ ਕੇ ਮੰਡੀ ਦੇ ਵਿੱਚ ਲੈ ਜਾਂਦੇ, ਇਹਦੇ ਬਾਰੇ ਜਾਣਕਾਰੀ ਜੀ। ਅਸੀਂ ਇਹਦੀ ਗੱਲ ਕਰ ਚੁੱਕੇ ਹਾਂ, ਪਰ ਮੈਂ ਫੇਰ ਇਹਨਾਂ ਨੂੰ ਦੱਸ ਦਿਆਂ ਵੀ ਹਰ ਦਵਾਈ ਦੇ ਉੱਤੇ ਲਿਖਿਆ ਵੀ ਹੋਲਡਿੰਗ ਪੀਰੀਅਡ ਕਿੰਨਾ, ਤੇ ਜੇ ਹੋਲਡਿੰਗ ਪੀਰੀਅਡ ਤੋਂ ਪਹਿਲਾਂ ਤੁਸੀਂ ਨਹੀਂ ਤੋੜਦੇ, ਤੁਹਾਡੀ ਜ਼ਮੀਰ ਆ ਜਾਂ ਤੁਸੀਂ ਆਪਦੀ ਇਮਾਨਦਾਰੀ ਨਾਲ ਨਹੀਂ ਤੋੜਦੇ, ਜੇ ਇਨ ਕੇਸ ਕੋਈ ਲਾਲਚ ਕਰਕੇ ਤੋੜ ਕੇ ਮਾਰਕੀਟ ਲੈ ਗਿਆ,
ਟੱਪ ਜੇ ਤਾਂ ਹੱਥ ਹੀ ਟੱਪ ਜਾਂਦਾ ਜੇ ਉਹ ਨਿਗਾਹ ਦੇ ਵਿੱਚ ਆ ਗਈ ਹੈ, ਕਿਉਂਕਿ ਉੱਥੇ ਟੈਸਟ ਹੁੰਦੀ ਰਹਿੰਦੀ ਆ, ਤਾਂ ਉਹ ਟੈਸਟ ਹੋਣ ਸਾਰ ਤੁਹਾਡੇ ਤੇ ਬਹਿਣ ਲੱਗ ਸਕਦਾ ਖੇਤੀ ਕਰਦੇ। ਪਿੱਛੇ ਜੇ ਇੱਕ ਹਾਦਸਾ ਹੋਇਆ ਸਾਡੇ ਕਫਸ ਹਾਰਬਰ ਦੇ ਵਿੱਚ, ਸਾਡੇ ਖੁਦ ਦੇ ਫਾਰਮ ਤੇ ਅਮਨਦੀਪ ਸਿੱਧੂ ਨਾਲ ਮੇਰੀ ਗੱਲ ਹੋਈ ਤਾਂ ਉੱਥੇ ਦੱਸਿਆ ਉਹਨਾਂ ਨੇ ਖੀਰਾ ਲਾਇਆ ਸੀ ਤੇ ਖੀਰੇ ਦੇ ਵਿੱਚ ਇੱਕ ਗਲਤ ਸਪਰੇਅ ਹੋ ਗਈ ਤੇ ਜਦੋਂ ਉਹਨਾਂ ਨੇ ਖੀਰਾ ਤੋੜਿਆ ਤੇ ਉਹਨਾਂ ਨੂੰ ਲੱਗਿਆ ਵੀ ਕੋਈ ਗੜਬੜਾ, ਉਹਨਾਂ ਨੇ ਟੈਸਟ ਲਈ ਭੇਜਿਆ ਤਾਂ ਉਹਨਾਂ ਨੂੰ ਹਾਲਾਂਕਿ ਖੀਰੇ ਦੀ ਫਸਲ ਹਜੇ ਸ਼ੁਰੂਆਤ ਹੋਈ ਸੀ ਤੇ ਬਹੁਤ ਸਾਰਾ ਪੈਸਾ ਉਹਨਾਂ ਨੇ ਅਗਲੇ ਮਹੀਨੇ ਚ ਦੇਣਾ ਸੀ ਪਰ ਉਹ ਪੱਟ ਨਹੀਂ ਪਈ। ਸੋ ਇਸ ਕਰਕੇ ਇਸ ਲਈ ਬਹੁਤ ਸਟ੍ਰਿਕਟ ਆ ਰੇ ਸਪਰੇਅ ਦੇ ਮਾਮਲੇ ਚ, ਕਿਉਂਕਿ ਉਹ ਸਭ ਤੋਂ ਪਹਿਲਾਂ ਹੈਲਥ ਐਂਡ ਸੇਫਟੀ ਸਭ ਤੋਂ ਵੱਡੀ ਚੀਜ਼ ਮੰਨੀ ਜਾਂਦੀ ਹੈ। ਮਿੰਟੂ ਜੀ ਤੁਸੀਂ ਗੱਲ ਕਰ ਰਹੇ ਸੀ ਮਿੱਟੀ ਦੀ ਕਿਸਮ ਬਾਰੇ, ਜ਼ਮੀਨ ਦੀ ਕਿਸਮ ਬਾਰੇ, ਇਹਦੇ ਬਾਰੇ ਥੋੜਾ ਵਿਸਥਾਰ ਵਿੱਚ ਸਾਨੂੰ ਦੱਸੋ ਜੀ। ਮਿੱਟੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਆ ਨਾ, ਵੱਖਰੇ ਵੱਖਰਾ ਵਿਸ਼ਾਲਤਾ ਬਹੁਤ ਆ, ਏਰੀਆ ਬਹੁਤ ਰਕਬਾ, 2.5 ਵੱਡਾ ਇੰਡੀਆ ਨਾਲੋਂ, ਆਬਾਦੀ ਪੰਜਾਬ ਤੋਂ ਘੱਟ। ਇਹਦੇ ਵਿੱਚ ਮਿੱਟੀ ਬਹੁਤ ਰੰਗਾਂ ਦੀ ਤੁਹਾਨੂੰ ਮਿੱਟੀ ਮਿਲ ਜੂ, ਪਰ ਜ਼ਿਆਦਾਤਰ ਜਿਹੜੀ ਮਿੱਟੀ ਲਾਲ ਤੇ ਮੋਟੇ ਕਣ ਦੀ ਮਿੱਟੀ ਆ। ਕਈ ਏਰੀਆ ਦੇ ਵਿੱਚ ਤਾਂ ਮੈਨੂੰ ਪੁੱਛ ਲੈਂਦੇ ਆ ਵੀ ਕਿਹੋ ਜਿਹੀ ਲੱਗਦੀ ਆ ਮਿੱਟੀ, ਮੈਂ ਕਿਹਾ ਮੈਨੂੰ ਐ ਲੱਗਦਾ ਵੀ ਇੱਥੇ ਜੇ ਬੰਦਾ ਦੱਬਦੀ ਉਹ ਵੀ ਹਰਾ ਹੋ ਜੇ, ਐਡੀ ਜ਼ਿਆਦਾ ਉਹ ਜ਼ਿਮੀਦਾਰ ਨੂੰ ਰੂਹ ਖੁਸ਼ ਕਰਨ ਵਾਲੀ ਸ਼ਕਲ ਹੀ ਮਿੱਟੀ ਦੀ ਦੱਸਦੀ ਆ। ਪਰ ਫਿਰ ਵੀ ਬਹੁਤ ਸਾਰਾ ਏਰੀਆ ਰੇਗਿਸਤਾਨ ਪਿਆ, 2000 ਕਿਲੋਮੀਟਰ ਕਿਹੋ ਜਿਹਾ ਏਰੀਆ ਪਿਆ ਜਿਹਦੇ ਚ ਕੋਈ ਜਿਹਨੂੰ ਟ੍ਰੀਲੈਸ ਕਹਿੰਦੇ, ਇੱਕ ਘਾਹ ਦਾ ਡੱਕਾ ਵੀ ਨਹੀਂ ਹੈ, ਬਹੁਤ ਸਾਰੇ ਜਿਹੜੇ ਪਥਰੀਲਾ ਏਰੀਆ ਵੀ ਆ, ਪਰ ਵੱਡੇ ਪਹਾੜ ਨਹੀਂ, ਬਰਫ਼ ਜ਼ਿਆਦਾ ਨਹੀਂ ਪੈਂਦੀ, ਇੱਕ ਅੱਧੇ ਥਾਂ ਤੇ ਥੋੜੀ ਬਹੁਤ ਪੈਂਦੀ ਆ, ਜਿਹਨੂੰ ਕਹਿ ਸਕਦੇ ਇੱਥੇ ਵਾਲਾ ਸਿਸਟਮ ਨਹੀਂ ਹੈ ਵੀ ਬਹੁਤ ਜ਼ਿਆਦਾ ਬਰਫ਼ ਪੈਂਦੀ ਆ। ਸੋ ਇਸ ਕਰਕੇ ਮਿੱਟੀ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ, ਪਰ ਖੇਤੀ ਲਈ ਬਹੁਤ ਸਾਵੀਂ ਮਿੱਟੀ ਆ, ਖੇਤੀ ਹੋਈ ਨਹੀਂ ਹਲੇ ਉੱਥੇ ਜ਼ਿਆਦਾ। ਸਿੰਚਾਈ ਦੀਆਂ ਵਿਵਸਥਾਵਾਂ ਕਿਵੇਂ ਸਿੰਚਦੇ ਹੋ ਜ਼ਮੀਨ ਨੂੰ? ਸਿੰਚਾਈ ਇੱਕ ਵੱਡੀ ਸਮੱਸਿਆ, ਹੁਣ ਇੱਥੇ ਅਕਸਰ ਹਰ ਦਰਸ਼ਕ ਦੇ ਮਨ 'ਚ ਇੱਕ ਸਵਾਲ ਆਇਆ ਹੋਊਗਾ ਵੀ ਜਦੋਂ 2.5 ਗੁਣਾ ਰਕਬਾ ਪਿਆ, ਆਬਾਦੀ ਹੈ ਨਹੀਂ, ਇੰਡੀਆ ਨੂੰ ਖੋਲ ਦੇਣ, ਇੱਥੇ ਔਖੇ ਹੋ ਜਾਂਦੇ ਉੱਥੇ ਜਾਣ ਕਾਰਨ। ਅੱਛਾ ਜੀ, ਇਹਦੇ 'ਚ ਇੱਕ ਪ੍ਰੋਬਲਮ ਇਹ ਆ ਵੀ ਉੱਥੇ ਜ਼ਮੀਨ ਹੈ ਪਾਣੀ ਦੀ ਕਿੱਲਤ ਆ, ਸਿਰਫ ਇੱਕ ਜਿਹੜੀ ਮਰੇ ਰਿਵਰ ਕਹਿੰਦੇ ਆ ਉਹਨੂੰ, ਉਹ ਰਿਵਰ ਚੱਲਦੀ ਆ ਜੀ, ਪਰ ਉਹ ਇੱਕ ਨਾ ਸਿਆਣ ਜਿਹੜੀ ਆਪਾਂ ਸਵਾਣੀ ਘਰੇ ਸਵਾਣੀ, ਜੇ ਇੱਕ ਘਰ ਦੀ ਸਵਾਣੀ ਹੋਵੇ, ਕਹਿੰਦੇ ਇੱਕ ਗੜਬੀ ਨਾਲ ਸਾਰਾ ਪਾਣੀ ਦੀ ਗੜਬੀ ਨਾਲ ਦਿਨ ਲੰਘਾ ਸਕਦੀ ਆ, ਉਹ ਕੰਮ ਆਸਟ੍ਰੇਲੀਆ 'ਚ ਕੀਤਾ ਜਾਂਦਾ ਜੀ। ਆਸਟ੍ਰੇਲੀਆ ਦੇ ਵਿੱਚ ਪਾਣੀ ਪਹਿਲਾਂ ਕੁਝ ਏਰੀਆ 'ਚ ਫਲੱਡ ਨਾਲ ਲੱਗਦਾ ਸੀ, ਪਰ ਉਹ ਵੀ ਦਾਣ ਹੀ ਲੱਗਦਾ ਸੀ, ਉੱਚੀ ਨੀਵੀਂ ਧਰਤੀ ਆ, ਡਰਾਉਂਦਾ ਕੋਈ ਇੱਥੇ ਹੈ ਨਹੀਂ, ਫਸਲ ਆਈ ਉੱਚੀ ਨੀਵੀਂ ਤੁਹਾਨੂੰ ਦਿਖਾਈ ਦੇਊਗੀ। ਸੋ ਜ਼ਿਆਦਾਤਰ ਜਿਹੜਾ ਉਹ ਪਾਣੀ ਮੀਂਹਾਂ 'ਤੇ ਡਿਪੈਂਡ ਆ, ਮੀਂਹਾਂ ਤੋਂ ਸਾਂਭਿਆ ਜਾਂਦਾ, ਫਿਰ ਉਹ ਨਦੀ ਦਾ ਪਾਣੀ ਫਿਰ ਉਹਨੂੰ ਸਾਂਭਿਆ ਜਾਂਦਾ। ਪਹਿਲਾਂ ਡ੍ਰਿਪ ਉਹਦੇ 'ਚ ਓਵਰਹੈਡ ਫੁਆਰੇ ਆਏ, ਅਗਲਾ ਸਟੈਪ ਉਹਨਾਂ ਨੇ ਜਿਹੜੇ ਥੱਲੇ ਉਹਨਾਂ ਨੇ ਛੋਟੇ ਫੁਆਰੇ ਦਿੱਤੇ, ਤੀਜਾ ਸਟੈਪ ਹੁਣ ਡ੍ਰਿਪ ਇਰੀਗੇਸ਼ਨ ਦਾ ਆ ਗਿਆ ਜੀ, ਤੇ ਹੁਣ ਸਾਰੀ ਦੀ ਸਾਰੀ ਖੇਤੀ ਡ੍ਰਿਪ ਇਰੀਗੇਸ਼ਨ ਨਾਲ ਹੁੰਦੀ ਆ, ਖਾਸ ਕਰਕੇ ਬਾਗਵਾਨੀ, ਕਣਕ ਜਾਂ ਵੱਡੀ ਖੇਤੀ ਉਹ ਥੱਲੇ ਮੀਂਹ ਦੇ ਉੱਤੇ ਹੁੰਦੀ ਹੈ। ਦਰਸ਼ਕ ਸਾਡੇ ਕੋਲ ਪਹੁੰਚ ਚੁੱਕੇ ਨੇ, ਗੱਲਬਾਤ ਕਰਨਾ ਚਾਹੁੰਦੇ ਨੇ। ਹੈਲੋ, ਆਓ ਜੀ, ਸਵਾਗਤ ਹੈ, ਬਹੁਤ ਬਹੁਤ ਮਿਹਰਬਾਨੀ ਜੀ, ਦੇਸ਼ ਰਾਜ ਜੀ, ਬੜੀ ਅੱਛੀ ਜਾਣਕਾਰੀ ਮਿਲ ਰਹੀ ਹੈ, ਜਿਹੜੇ ਲੋਕ ਬਾਹਰ ਜਾ ਰਹੇ ਉਹਨਾਂ ਨੂੰ ਵੀ, ਜਿਹੜੇ ਇਰਾਦਾ ਰੱਖਦੇ ਆ ਜਾਣ ਦਾ ਉਹਨਾਂ ਨੂੰ ਵੀ ਜੀ। ਮੈਂ ਇਹ ਸਵਾਲ ਕਰਦਾ ਵੀ ਕੀ ਬਾਹਰ ਜਿਵੇਂ ਇੱਧਰ ਬੰਦੂਆ ਮਜ਼ਦੂਰ ਦੀ ਵਰਜਿਤ ਹੈ, ਲੋਕ ਬੱਚਿਆਂ ਤੋਂ ਮਜ਼ਦੂਰੀ ਤਾਂ ਨੀ ਕਰਾਉਂਦੇ ਪੈਸਾ ਇਲਾਜ ਵਿੱਚ, ਵੀ ਉਹਨਾਂ ਨੂੰ ਪੈਸੇ ਇਕੱਠੇ ਹੋ ਜਾਣਗੇ, ਕਿਹੜਾ ਪੁੱਛਦਾ ਇੱਥੇ ਕੋਈ ਸਰਕਾਰ ਦਾ ਕਾਨੂੰਨ ਉੱਤੇ ਹੈ ਵੀ ਬੱਚਿਆਂ ਨੂੰ ਸਿੱਖਿਆ ਮਿਲੇ, ਬੰਦੂਆ ਮਜ਼ਦੂਰੀ ਨਾ ਹੋਵੇ, ਜੇ ਉਮਰ ਦਾ ਕੋਈ ਲਿਹਾਜ਼ ਹੈ? ਬਹੁਤ ਵਧੀਆ ਸਵਾਲ ਆ ਜੀ ਇਹਨਾਂ ਦਾ। ਪਹਿਲੀ ਗੱਲ ਤਾਂ ਅਸੀਂ ਅਕਸਰ ਹੀ ਬਚਪਨ ਤੋਂ ਸੁਣਦੇ ਆਉਂਦੇ ਆ ਵੀ ਵਿਦੇਸ਼ 'ਚ ਬੱਚੇ ਜੇ ਮਾੜਾ ਜਿਹਾ ਨੂੰ ਝਿੜਕਦੇ ਤਾਂ ਪੁਲਿਸ ਨੂੰ ਬੁਲਾ ਲੈਂਦੇ, ਇੱਦਾਂ ਦੀਆਂ ਗੱਲਾਂ। ਸੋ ਇਹ ਗੱਲ ਨੂੰ ਇਸ ਐਂਗਲ ਤੋਂ ਨਾ ਦੇਖੋ, ਇਸ ਐਂਗਲ ਨਾਲ ਦੇਖੋ ਵੀ ਉੱਥੇ ਲਾਅ ਬੱਚਿਆਂ ਨੂੰ ਸਿਕਿਓਰ ਕਰਨ ਲਈ। ਉੱਥੇ ਬੱਚੇ ਕੰਮ ਕਰਦੇ ਆ ਸ਼ੋਪਿੰਗ ਸੈਂਟਰ ਦੇ ਵਿੱਚ, ਤੁਹਾਨੂੰ 16 ਸਾਲ ਦੀ ਏਜ ਦੇ ਵਿੱਚ ਆ ਕੇ ਬੱਚੇ ਬਿਲਿੰਗ ਕਰਦੇ ਤੁਹਾਨੂੰ ਦਿਖਾਈ ਦੇ ਦੇਣਗੇ, ਪਰ ਉਹ ਕਿਸੇ ਦੀ ਮਜਬੂਰੀ ਲਈ ਨਹੀਂ ਕਰਦੇ, ਉਹ ਖੁਦ ਕਰਦੇ ਆ। ਉੱਥੇ ਇੱਕ ਸਭ ਤੋਂ ਵੱਡੀ ਗੱਲ ਆ ਵੀ ਬਾਪ ਬੇਟੇ ਦੀ ਇਨਕਮ 'ਚ ਇੱਛਾ ਨਹੀਂ ਰੱਖਦਾ ਤੇ ਬੇਟਾ ਬਾਪ ਦੀ,
ਮੈਂ ਖੁਦ ਆਪਦੇ ਐਕਸਪੀਰੀਅੰਸ ਨਾਲ ਕਹਿ ਸਕਦਾ ਵੀ ਮੇਰੇ ਰਿਸ਼ਤੇਦਾਰਾਂ ਨੇ ਇੱਥੇ ਵਧੀਆ ਜ਼ਮੀਨ ਜਾਇਦਾਦ ਬਣਾਈ ਤੇ ਮੈਂ ਜਦੋਂ ਉਹਨਾਂ ਦੇ ਬੱਚੇ ਨਾਲ ਗੱਲ ਕੀਤੀ ਉਹਨਾਂ ਦੇ ਇੱਕ ਬੇਟਾ ਦੋ ਬੇਟੀਆਂ ਮੈਂ ਉਹਨੂੰ ਕਿਹਾ ਜੀ ਤਖਤ ਸਿੰਘ ਤੂੰ ਤੇਰੇ ਜ਼ਮੀਨ ਤੇਰੀ 50 ਕਿੱਲੇ ਅੰਗੂਰ ਕਹਿੰਦਾ ਮੇਰੀ ਥੋੜਾ ਇਹ ਤਾਂ ਡੈਡੀ ਦੀ ਆ ਸੋ ਬੱਚੇ ਨੂੰ ਲਾਲਚ ਨਹੀਂ ਮਾਂ ਬਾਪ ਦੀ ਜ਼ਮੀਨ ਚ ਤੇ ਮਾਂ ਬਾਪ ਨੂੰ ਲਾਲਚ ਨਹੀਂ ਹੈਗਾ ਬੱਚੇ ਦੀ ਇਨਕਮ ਚ ਸਾਨੂੰ ਲੋੜ ਨਹੀਂ ਪੈਂਦੀ ਕਿ ਮੈਨੂੰ ਕੱਲ ਕਿਸੇ ਨੇ ਸਵਾਲ ਕੀਤਾ ਇੱਕ ਕਾਲਜ ਦੇ ਵਿੱਚ ਮੈਂ ਲੈਕਚਰ ਕਰ ਰਿਹਾ ਸੀ ਕਹਿੰਦੇ ਵੀ ਤੁਹਾਡਾ ਬੱਚਾ ਤੁਹਾਡੇ ਕਹਿਣੇ ਲੱਗਦਾ ਮੈਂ ਕਿਹਾ ਜੀ ਲੱਗਦਾ ਤੇ ਤੁਹਾਨੂੰ ਬੱਚਾ ਕਿੰਨਾ ਕੁ ਬੋਝ ਲੱਗਿਆ ਉੱਥੇ ਪੜ੍ਹਾਉਣਾ ਜਾਂ ਹੋਰ ਤੇ ਜਿਹੜੇ ਕਹਿਣੇ ਤੋਂ ਬਾਹਰ ਹੋ ਜਾਂਦੇ ਕਿਉਂ ਹੋ ਜਾਂਦੇ ਆ ਮੈਂ ਕਿਹਾ ਜਦੋਂ ਸੈਲਫ ਡਿਪੈਂਡ ਹੋ ਜਾਂਦਾ ਨਾ ਬੰਦਾ ਕਿਸੇ ਦੀ ਨੂੰ ਲੋੜ ਨਹੀਂ ਤਾਂ ਉਹ ਫਿਰ ਆਪਦੀ ਮਰਜ਼ੀ ਕਰਨ ਲੱਗ ਜਾਂਦਾ ਜਿਹੜਾ ਬੱਚਾ ਮੈਨੂੰ ਮੇਰੇ ਮੈਨੂੰ ਕਿਉਂ ਮੇਰੀ ਗੱਲ ਮੰਨੇ ਸਿਰਫ ਮੇਰੇ ਸੰਸਕਾਰਾਂ ਲਈ ਮੰਨੂਗਾ ਜਾਂ ਮੈਂ ਉਹਨੂੰ ਸਿਖਾਈਆਂ ਤਾਂ ਮੰਨੂਗਾ ਪਰ ਜਦੋਂ ਉਹਨੂੰ ਮੈਂ ਉਹਨੂੰ ਨਾ ਫੀਸ ਦਾ 5 ਪੈਸੇ ਦਿੱਤੇ ਆ ਨਾ ਮੈਂ ਉਹਨੂੰ ਆਉਣ ਜਾਣ ਲਈ ਕੁਛ ਦਿੱਤਾ ਨਾ ਮੈਂ ਉਹਨੂੰ ਜੇਬ ਖਰਚ ਦੇਣਾ ਪਿਆ ਮੈਨੂੰ ਸਾਰਾ ਕੁਛ ਉਹਨੂੰ ਮਿਲ ਰਿਹਾ ਉਹਨੂੰ ਫੀਸ ਸਰਕਾਰ ਭਰ ਰਹੀ ਹੈ ਉਹਨੂੰ $700-800 ਮੰਥਲੀ ਯੂਨੀਵਰਸਿਟੀ ਪੜ੍ਹਦੇ ਨੂੰ ਜੇਬ ਖਰਚਾ ਮਿਲ ਰਿਹਾ ਮੰਥਲੀ ਹਰ ਚੀਜ਼ ਉਹਨੂੰ ਉੱਥੋਂ ਮਿਲ ਰਹੀ ਆ ਉਹ ਆਪ ਹੀ ਬਣ ਕੇ ਇੰਜੀਨੀਅਰ ਬਣ ਗਿਆ ਤੇ ਮੇਰਾ ਉਹ ਕਾਹਦੇ ਸਾਨ ਆ ਉਸ ਦੇ ਤੇ ਚਾਰ ਦਿਨਾਂ ਨੂੰ ਮੈਂ ਉਹਦੇ ਤੇ ਕਿਸ ਚੀਜ਼ ਦਾ ਦਾਅਵਾ ਕਰੂੰਗਾ ਵੀ ਮੈਂ ਤੈਨੂੰ ਬਣਾਇਆ ਉਹ ਕਰਿਆ ਸੋ ਇਸ ਕਰਕੇ ਆਜ਼ਾਦੀ ਆ ਜੀ ਪਰ ਆਜ਼ਾਦੀ ਦੇ ਮੈਨੇ ਆ ਜਿਹੜੇ ਉਹ ਆਪਣੇ ਵਰਗੇ ਨਹੀਂ ਇੱਥੇ ਆਜ਼ਾਦੀ ਸਾਡੇ ਨਾਲੋਂ ਕਿਤੇ ਵੱਧ ਆ ਮੈਂ ਕਹਿਣਾ ਉਹਨਾਂ ਵੀ ਸਾਡੇ ਦਾ ਅਜੇ ਗੁਲਾਮੀ ਇਸ ਚੀਜ਼ ਦੀ ਆ ਵੀ ਅਸੀਂ ਸੜਕ ਤੇ ਵੀ ਨਹੀਂ ਰੋਕ ਸਕਦੇ ਕਿਤੇ ਗੰਦ ਨਹੀਂ ਪਾ ਸਕਦੇ ਇੱਥੇ ਅਸੀਂ ਆਜ਼ਾਦੀ ਥੋੜੀ ਜਿਹੀ ਨਾ ਆਪਦੇ ਮਰਜ਼ੀ ਨਾਲ ਜ਼ਿਆਦਾ ਮਾਣ ਲੈਂਦੇ ਹਾਂ ਧੱਕਾ ਕਰ ਦਿੰਦੇ ਹਾਂ ਆਜ਼ਾਦੀ ਨਾਲ ਇਹ ਵੀ ਹੈਗੀ ਜੀ ਮਿੰਟੂ ਜੀ ਵਿਦੇਸ਼ਾਂ ਵਿੱਚ ਗੱਲਬਾਤ ਕਰ ਰਹੇ ਹਾਂ ਖੇਤੀਬਾੜੀ ਦੀ ਇਹ ਪੁੱਛਣਾ ਚਾਹਾਂਗੀ ਕਿ ਵਿਦੇਸ਼ਾਂ ਵਿੱਚ ਮਸ਼ੀਨਰੀ ਦੀ ਕਿੰਨੀ ਕੁ ਵਰਤੋਂ ਹੁੰਦੀ ਹੈ ਤੇ ਹੱਥੀ ਕਿੰਨਾ ਕੁ ਕੰਮ ਕੀਤਾ ਜਾਂਦਾ ਹੈ ਜੀ ਆਸਟ੍ਰੇਲੀਆ ਮੈਂ ਪਹਿਲਾਂ ਹੀ ਦੱਸਿਆ ਵੀ ਆਬਾਦੀ ਕਿੰਨੀ ਉਹ ਬਹੁਤ ਘੱਟ ਆ ਜਿਹੜੇ ਪਿੱਛੇ ਜੇ ਵੀਜ਼ੇ ਖੁੱਲੇ 95 ਤੋਂ ਲੈ ਕੇ ਹੁਣ ਤੱਕ ਤਾਂ ਉਹ ਵੀਜ਼ੇ ਖੁੱਲਣ ਦਾ ਕਾਰਨ ਇਹ ਸੀ ਵੀ ਉਹਨਾਂ ਦੀ ਖੇਤੀ ਇੰਡਸਟਰੀ ਤੇ ਬਹੁਤ ਸਾਰੀ ਲੇਬਰ ਦੀ ਘਾਟ ਪੈ ਗਈ ਸੀ ਜੀ ਤਾਂ ਹੀ ਉਹਨਾਂ ਨੇ ਇੱਕ ਸਪਾਊਸ ਵੀਜ਼ਾ ਰੱਖਿਆ ਵੀ ਇੱਕ ਬੱਚਾ ਦੋ ਜਣੇ ਆਉਂਦੇ ਆ ਜੇ ਇੱਕ ਲੜਕੀ ਜਾਂ ਲੜਕਾ ਇੱਕ ਜਣਾ ਪੜ੍ਹ ਲੂਗਾ ਦੂਜਾ ਸਪਾਊਸ ਵੀਜ਼ੇ ਤੇ ਕੰਮ ਕਰ ਲੂਗਾ ਨਾਲੇ ਆਪਣਾ ਖਰਚਾ ਚੁੱਕੂਗਾ ਨਾਲੇ ਉਹ ਸਾਨੂੰ ਲੇਬਰ ਦੀ ਜਿਹੜੀ ਸ਼ਾਰਟੇਜ ਆ ਜਾਂ ਪਿਕਿੰਗ ਦੀ ਸ਼ਾਰਟ ਆ ਉਹ ਪੂਰੀ ਕਰੂਗਾ ਸੋ ਇਸ ਕਰਕੇ ਜਿਹੜੀ ਤੁਸੀਂ ਇਸ ਦੀ ਮਸ਼ੀਨਰੀ ਆ ਜਿਹੜੀ ਉਹਦੀ ਵਰਤੋਂ ਹੋਣੀ ਲਾਜ਼ਮੀ ਸੀ ਕਿਉਂਕਿ ਜੇ ਮਸ਼ੀਨਰੀ ਨਾਲ ਲੇਬਰ ਘੱਟ ਦੇਣੀ ਹੈ ਜਦੋਂ ਬੰਦੇ ਹੈ ਨਹੀਂ ਤਾਂ ਫਿਰ ਉਹਨਾਂ ਨੂੰ ਕਾਢ ਕੱਢਣੀ ਪੈਣੀ ਹੈ ਜੀ ਪਰ ਕੁਝ ਇੱਕ ਏਰੀਆ ਹੈ ਜਿੱਥੇ ਮਸ਼ੀਨਰੀ ਨਹੀਂ ਕੰਮ ਕਰਦੀ ਅੰਗੂਰ ਆ ਅੰਗੂਰਾਂ ਦੇ ਵਿੱਚ ਜਿਹੜੇ ਵਾਈਨ ਦੀ ਲਈ ਵੇਚੇ ਜਾਂਦੇ ਆ ਟੋਟਲ ਹੀ ਮਸ਼ੀਨਰੀ ਤੇ ਆ ਕੁਛ ਨਹੀਂ ਕਰਨਾ ਜਿਹੜੇ ਸੰਤਰਾ ਸੰਤਰੇ ਦੇ ਵਿੱਚ ਤੁਸੀਂ ਮਸ਼ੀਨਰੀ ਨਾਲ ਉਹਨਾਂ ਦੀ ਪ੍ਰੂਨ ਕਰ ਸਕਦੇ ਹੋ ਮਸ਼ੀਨਰੀ ਨਾਲ ਉਹਨਾਂ ਤੇ ਘਾਹ ਦੀ ਸਪਰੇ ਕਰ ਸਕਦੇ ਹੋ ਵੱਡੀ ਸਪਰੇ ਕਰ ਸਕਦੇ ਹੋ ਪਰ ਉਹਨੂੰ ਪਿੱਕ ਨਹੀਂ ਕਰ ਸਕਦੇ ਪਿੱਕ ਤੁਹਾਨੂੰ ਹੱਥ ਨਾਲ ਕਰਨਾ ਪੈਣਾ ਸੋ ਜੇ ਬਦਾਮ ਦੇ ਜਾਓ ਤਾਂ ਬਦਾਮ ਦੇ ਵਿੱਚ ਫੇਰ ਬੰਦੇ ਦੀ ਲੋੜ ਨਹੀਂ ਸਾਰੀ ਮਸ਼ੀਨ ਨੇ ਕਰਨਾ ਮਸ਼ੀਨ ਨੇ ਉਹਨੂੰ ਝਾੜ ਲੈਣਾ ਮਸ਼ੀਨ ਨੇ ਉਹਨਾਂ ਨੂੰ ਚੁਗ ਲੈਣਾ ਮਸ਼ੀਨ ਨੇ ਇਹਦੀ ਸਪਰੇ ਕਰਨੀ ਹੈ ਬੰਦੇ ਦੀ ਤਾਂ ਲੋੜ ਹੀ ਨਹੀਂ ਹੈਗੀ ਇਸ ਕਰਕੇ ਮਸ਼ੀਨਰੀ ਤਾਂ ਬਹੁਤ ਆ ਤੇ ਮਸ਼ੀਨਰੀ ਬਹੁਤ ਵੱਡੀ ਵੱਡੀ ਆ ਮੈਂ ਪਿੱਛੇ ਜੇ ਇੱਕ ਨਾ ਫੇਸਬੁੱਕ ਤੇ ਪੋਸਟ ਪਾਈ ਜਿਹਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸ਼ੇਅਰ ਕੀਤਾ ਇੱਕ ਮੈਂ ਜ਼ਿਮੀਦਾਰ ਨਾਲ ਗੱਲ ਕਰਨ ਦੀ ਆਪਦੀ ਛੋਟਾ ਜਿਹਾ ਵਰਤਾਰਾ ਪਾਇਆ ਵੀ ਉਹ 3800 ਕਿੱਲਿਆਂ ਦਾ ਜ਼ਿਮੀਦਾਰ ਸੀ ਪਰ ਉਹਦਾ ਮੈਂ ਤਾਂ ਛੋਟਾ ਜਿਹਾ ਜ਼ਿਮੀਦਾਰ ਹਾਂ ਕਣਕ ਬੀਜ ਕੇ ਮੈਂ ਟਾਈਮ ਪਾਸ ਕਰਦਾ ਉਹ ਮੈਨੂੰ ਲੋਕਾਂ ਨੇ ਸਵਾਲ ਕੀਤਾ ਵੀ ਇਹ ਕੀ ਗੱਲ ਉਹ ਕਾਰਨ ਇਹੀ ਆ ਜਿਹੜੀ ਟ੍ਰੈਡੀਸ਼ਨਲ ਖੇਤੀ ਆ ਉਹਦੇ 'ਚ ਕੁਛ ਨਹੀਂ ਹੈ ਸਾਡੇ ਗਰੇਵਾਲ ਬ੍ਰਦਰਸ ਹੈ ਆਟਾ ਚੱਕੀ ਚਲਾ ਰਹੇ ਆ ਬਹੁਤ ਸਾਡੇ ਆਸਟ੍ਰੇਲੀਆ 'ਚ ਆਟਾ ਉਹਨਾਂ ਦਾ ਉਹ ਖੁਦ ਕਣਕ ਉਗਾਈ ਉਹਨਾਂ ਨੇ 3000 ਏਕੜ ਦੇ ਉੱਥੋਂ ਕਣਕ ਤੋਂ ਆਟਾ ਬਣਾਇਆ ਪਰ ਉਹਨਾਂ ਨੇ 1 ਜਾਂ 2 ਸਾਲਾਂ 'ਚ ਉਹਨਾਂ ਨੂੰ ਪਤਾ ਲੱਗ ਗਿਆ ਵੀ ਬਾਹਰੋਂ ਕਣਕ ਸਸਤੀ ਮਿਲ ਰਹੀ ਆ ਕੀ ਲੋੜ ਆਪਦੀ ਉਗਾਉਣ ਦੀ ਹੁਣ ਉਹ ਬਾਹਰੋਂ ਲੈ ਕੇ ਜਾ ਰਹੇ ਯਾਨੀ ਕਿ ਰਲਿਆ ਮਿਲਿਆ ਮਤਲਬ ਅਕੋਰਡਿੰਗ ਟੂ ਖੇਤੀ ਹੈ ਤੁਹਾਡਾ ਕੰਮ ਕਿਸ ਤਰ੍ਹਾਂ ਦਾ ਉਸ ਹਿਸਾਬ ਦੇ ਨਾਲ ਮਸ਼ੀਨਰੀ ਤੇ ਜਾਂ ਹੱਥੀ ਵੱਡੀ ਮਸ਼ੀਨਰੀ ਹੈ ਜੀ ਦਰਸ਼ਕ ਦੀ ਆਵਾਜ਼ ਸੁਣ ਲਈਏ ਜੀ 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 ਹੈਲੋ ਹੈਲੋ ਜੀ ਸਵਾਗਤ ਹੈ ਜੀ ਮੈਡਮ ਮੇਰੇ ਲੋਕ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੁਭਾ ਸਿੰਘ ਜੀ ਮੇਰੀ ਬੇਨਤੀ ਇਹ ਸੀ ਕਿ ਮੈਂ ਬਰਾੜ ਸਾਹਿਬ ਕੋਲ ਪੁੱਛਣਾ ਚਾਹੁੰਦਾ ਕਿ ਇਹ ਜੀ ਪਾਲਿਸੀ ਹੈ ਕਿ ਇੱਥੋਂ ਦਾ ਕਿਸਾਨ ਜਾ ਕੇ ਉੱਥੇ ਆਪਣੀ ਕੋਈ ਫਾਰਮ ਖਰੀਦ ਸਕਦਾ ਤਾਂ ਮਤਲਬ ਕਿੰਨਾ ਖਰੀਦ ਸਕਦਾ ਮੇਰਾ ਇਹ ਸਵਾਲ ਸੀ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ
ਬਿਲਕੁਲ ਜੀ, ਬਹੁਤ ਵਧੀਆ ਸਵਾਲ ਇਹਨਾਂ ਨੇ ਕੀਤਾ ਤੇ ਬਹੁਤ ਸਾਰਿਆਂ ਦੇ ਹੁਣ ਇਹ ਜਿਗਿਆਸਾ ਜਾਗੀ ਹੋਣੀ ਆ ਵੀ ਅਸੀਂ ਇਹ ਗੱਲ ਕਰੀਏ, ਤੇ ਅਕਸਰ ਹੀ ਫਿਰ ਅਸੀਂ ਕੀ ਹੋ ਜਾਂਦੇ ਆ, ਅਸੀਂ ਸ਼ਿਕਾਰ ਹੋ ਜਾਂਦੇ ਆ ਕਈ ਵਾਰੀ ਗਲਤ ਏਜੰਟ ਦੇ ਹੱਥਾਂ, ਕਿਉਂਕਿ ਸਾਨੂੰ ਜਾਣਾ ਤਾਂ ਥਰੂ ਕਿਸੇ ਦੇ ਪੈਣਾ ਜੀ। ਮਿੰਟੂ ਜੀ, ਇੱਥੇ ਮਾਫ ਕਰਨਾ ਤੁਹਾਨੂੰ ਰੁਕ ਰਹੀ ਹੈ, ਇਹਦੇ ਨਾਲ ਦੇ ਨਾਲ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਵੀ ਕੀ ਟਰਮਸ ਐਂਡ ਕੰਡੀਸ਼ਨਸ ਹੈ ਜਿਹਨੂੰ ਅਪਲਾਈ ਕਰਕੇ ਉਹ ਜਾ ਸਕਦੇ ਆ ਤੇ ਉੱਥੇ ਜਾ ਕੇ ਫਾਰਮ ਖਰੀਦ ਸਕਦੇ ਆ। ਮੈਂ ਜੇ ਇੱਕ ਗੱਲ ਕਹੂੰਗਾ ਵੀ ਹਰ ਘਰ ਦੇ ਵਿੱਚ ਇੰਟਰਨੈਟ ਪਹੁੰਚ ਚੁੱਕਿਆ, ਜੇ ਬਜ਼ੁਰਗ ਨਹੀਂ ਜਾਣਦੇ ਤਾਂ ਬੱਚੇ ਜਾਣਦੇ, ਬੱਚੇ ਜਾਣਦੇ। ਤੇ ਮੈਂ ਇੱਕ ਅਕਸਰ ਹੀ ਕਹਿਣਾ ਹੁੰਦਾ, ਮੇਰਾ ਬਹੁਤ ਪਹਿਲਾਂ ਇੱਕ ਲੇਖ ਵੀ ਛਪਣਾ ਸੀ ਪਰ ਰਹਿ ਗਿਆ ਕਿਸੇ ਕਾਰਨ, ਗੂਗਲ ਮਾਤਾ ਦੀ ਜੈ ਮੈਂ ਕਹਿਣਾ ਹੁੰਦਾ। ਤੇ ਇੱਕ ਗੂਗਲ ਸਾਡੇ ਕੋਲ ਇਹੋ ਜਿਹੀ ਮਾਤਾ ਅੱਜ ਕੱਲ੍ਹ ਜਿਹੜੀ ਪੁੱਛਾਂ ਕੱਢਦੀ ਹੈ, ਜਿਹੜੀ ਮਰਜ਼ੀ ਕਢਾ ਲਓ ਤੋਂ, ਤੇ ਜੈਨੂਅਨ ਕੱਢਦੀ ਹੈ। ਸਾਡੇ ਤਾਂ ਉੱਥੇ ਬੱਚੇ ਮਾਂ ਬਾਪ ਦੀ ਗੱਲ ਤੇ ਯਕੀਨ ਨਹੀਂ ਕਰਦੇ, ਗੂਗਲ ਤੇ ਕਰਦੇ ਆ ਵੀ ਗੂਗਲ ਇਹ ਕਹਿੰਦੀ ਹੈ। ਸੋ ਤੁਸੀਂ ਜੇ ਜਾਣ ਦਾ ਮੂਡ ਬਣਾਉਣੇ ਹੋ, ਉੱਥੇ ਹੈ, ਉੱਥੇ ਉਹਦਾ ਸਿਸਟਮ ਆ ਵੀ ਤੁਸੀਂ ਇੰਨੇ ਕਰੋੜ ਰੁਪਏ ਦਾ ਇਨਵੈਸਟ ਕਰਦੇ ਹੋ ਤੇ ਉਦੋਂ ਬਾਅਦ ਤੁਸੀਂ ਉੱਥੇ ਇੰਨਾ ਟੈਕਸ ਭਰਦੇ ਹੋ ਨੈਕਸਟ 2 ਈਅਰ ਕਮਾ ਕੇ, ਤਾਂ ਤੁਹਾਡੀ ਫੁੱਲ ਫੈਮਿਲੀ ਨੂੰ ਵੀਜ਼ਾ ਮਿਲ ਜੂਗਾ। ਅੱਛਾ, ਉਹ ਕੈਟਾਗਰੀਜ਼ ਹੈ, ਪਰ ਉਹ ਮੈਂ ਦੱਸਾਂ ਜਾਂ ਕੋਈ ਏਜੰਟ ਦੱਸੇ, ਉਦੋਂ ਬਿਹਤਰ ਆ ਤੁਸੀਂ ਨਾ ਆਸਟ੍ਰੇਲੀਆ ਗਵਰਨਮੈਂਟ ਦੀ ਸਾਈਟ ਆ www.iwmi.gov.au, ਇੱਕ ਵਾਰ ਫਿਰ ਤੋਂ ਦੁਬਾਰਾ ਦੱਸ ਦਿਓ, www.iwmi.gov.au। ਠੀਕ ਹੈ, ਸੋ ਇਸ ਸਾਈਟ ਦੇ ਉੱਤੇ ਜਾਓਗੇ, ਇਸ ਸਾਈਟ ਦੇ ਉੱਤੇ ਕੋਈ ਵੀ ਚੀਜ਼ ਆ ਜਿਹੜੀ ਹਿਡਨ ਨਹੀਂ ਹੈ। ਜੇ ਤੁਸੀਂ ਤੁਹਾਨੂੰ ਅਪਲਾਈ ਏਜੰਟ ਦੇ ਥਰੂ ਕਰਨਾ ਚਾਹੀਦਾ, ਮੈਂ ਨਹੀਂ ਕਹਿੰਦਾ ਕਿਉਂਕਿ ਉਹਨਾਂ ਦਾ ਤਜਰਬਾ ਹੁੰਦਾ, ਉਹਨਾਂ ਨੂੰ ਤੁਹਾਡੀ ਬਰੀਕੀਆਂ ਦਾ ਪਤਾ ਹੁੰਦਾ, ਪਰ ਜੇ ਤੁਸੀਂ ਹੋਮਵਰਕ ਕਰਕੇ ਜਾਓਗੇ ਇਸ ਸਾਈਟ ਤੇ ਵੀ ਕਿਹੜੀ ਕੈਟਾਗਰੀ ਹੈ, ਜੇ ਮੈਂ ਕੀ, ਮੈਂ ਪਹਿਲਾਂ ਦੇਖੋ ਕੀ ਮੈਂ ਇਹਦੇ ਲਈ ਐਲੀਜੀਬਲ ਹਾਂ। ਜੇ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਜਾਓ, ਜੇ ਤੁਹਾਨੂੰ ਕੋਈ ਮੂਰਖ ਬਣਾਉਣ ਦੀ ਕੋਸ਼ਿਸ਼ ਕਰੂਗਾ ਤਾਂ ਤੁਸੀਂ ਉਹਨੂੰ ਕ੍ਰੋਸ ਕੁਐਸਚਨ ਕਰ ਸਕੋਗੇ ਉਸ ਟਾਈਮ ਜੇ ਤੁਹਾਡੀ ਤੁਸੀਂ ਜਾਗਰੂਕ ਹੋਵੋਗੇ। ਸੋ ਹੈ ਇਹ ਇੱਕ ਕੈਟਾਗਰੀ ਹੈ, ਤੇ ਪਰ ਉਹ ਕੈਟਾਗਰੀ ਲਈ ਜ਼ਿਆਦਾਤਰ ਤੁਸੀਂ ਇਹਦੀ ਜਾਣਕਾਰੀ ਸਾਈਟ ਤੇ ਜਾ ਕੇ ਲਓ, ਸਾਈਟ ਦੇ ਥਰੂ ਹੀ ਮੈਨੂੰ ਇੱਕ ਜਿਹੜੀ ਵਧੀਆ ਜਾਣਕਾਰੀ ਮਿਲ ਸਕਦੀ ਹੈ। ਜੀ ਜੀ, ਤੇ ਹੁਣ ਆਪਾਂ ਖੇਤੀਬਾੜੀ ਤੇ ਫਿਰ ਦੁਬਾਰਾ ਵਾਪਸ ਪਰਤਦੇ ਹਾਂ। ਭੰਡਾਰਨ ਦੀਆਂ ਸਮੱਸਿਆਵਾਂ ਕਾਫੀ ਸਾਰੀਆਂ ਇੱਧਰ ਆ ਰਹੀਆਂ, ਕਿਉਂਕਿ ਗੋਦਾਮਾਂ ਦੇ ਵਿੱਚ ਪਈ ਪਈ ਜਿਹੜੀ ਕਣਕ ਆ ਉਹ ਵੀ ਗਲ ਜਾਂਦੀ ਹੈ, ਸੜ ਜਾਂਦੀ ਆ। ਆਲੂ ਜਿਹੜੇ ਹੈਗੇ ਆ ਉਹ ਵੀ ਕਈ ਵਾਰੀ, ਕਿਉਂਕਿ ਜਦੋਂ ਤੱਕ ਉਹਨਾਂ ਖਰਚਾ ਸਟੋਰ ਦਾ ਜਿਹੜਾ ਹੈਗਾ ਹੋ ਜਾਂਦਾ ਆ ਜਿੰਨੇ ਦਾ, ਉਹ ਆਲੂ ਵਿਕਦਾ ਨਹੀਂ। ਜੀ, ਸੋ ਉੱਥੇ ਕਿੰਨੀ ਕੁ ਮੰਡੀਕਰਨ ਤੇ ਕਿੰਨੇ ਕੁ ਭੰਡਾਰਨ, ਕਿੰਨਾ ਕੁ ਸੁਖਾਲਾ ਆ, ਔਰ ਇਹ ਸਾਡੇ ਦੇਸ਼ ਦੇ ਮੁਕਾਬਲੇ ਕਿੰਨਾ ਕੁ ਵਧੀਆ ਹੈ ਜਾਂ ਕਿੰਨਾ ਕੁ ਫਾਇਦੇਮੰਦ ਹੈ? ਜੀ ਦੇਖੋ, ਇੱਕ ਇੱਕ ਸ਼ਬਦ ਵਿਦੇਸ਼ ਦੇ ਨੂੰ ਸਾਡੇ ਤੋਂ ਦੂਰ ਕਰ ਲੈਂਦਾ ਸਾਡੇ ਦੇਸ਼ ਨੂੰ, ਉਹ ਹੈ ਜੀ ਸਿਸਟਮ। ਜੀ, ਹਰ ਚੀਜ਼ ਦੇ ਵਿੱਚ ਅਸੀਂ ਸਿਸਟਮ ਦੀਆਂ ਮੋਟੀਆਂ ਮੋਟੀਆਂ ਗੱਲਾਂ ਤਾਂ ਰੋਜ਼ ਸੁਣਦੇ ਰਹਿੰਦੇ ਹਾਂ ਵੀ ਟ੍ਰੈਫਿਕ ਵਧੀਆ, ਸਫਾਈ ਵਧੀਆ, ਪਰ ਹਰ ਕੰਮ ਦੇ ਵਿੱਚ ਸਿਸਟਮ ਆ, ਉਹ ਸਿਸਟਮ ਕਿਤੇ ਵੀ ਤਕਲੀਫ਼ ਨਹੀਂ ਆਉਣ ਦਿੰਦਾ। ਹੁਣ ਸਾਡੇ ਕਣਕ ਆ ਇੱਥੇ ਸਟੋਰਾਂ ਦੇ ਵਿੱਚ ਸ਼ੈੱਡਾਂ ਦੇ ਵਿੱਚ ਰੱਖੀ ਜਾਂਦੀ ਹੈ, ਪਰ ਫਿਰ ਵੀ ਐਂਡ ਆਫ ਦੀ ਡੇ ਅਸੀਂ ਸੁਣਦੇ ਹਾਂ ਵੀ ਲੱਖਾਂ ਬੋਰੀ ਗਲ ਗਈ। ਹਾਂਜੀ, ਤਾਂ ਕਿਤੇ ਨਾ ਕਿਤੇ ਸਾਡੇ ਸਿਸਟਮ 'ਚ ਹੋਲ ਆ। ਛੱਤ 'ਚ ਹੋਲ ਹੋ ਸਕਦੇ ਆ, ਛੱਤ 'ਚ ਤਾਂ ਹੋਲ ਆ ਜੋ ਸਿਸਟਮ 'ਚ ਹੋਲ, ਤਾਂ ਉੱਥੋਂ ਨਹੀਂ ਮੀਂਹ ਪਿਆ। ਸੋ ਇਹ ਜੀ ਚੀਜ਼ ਉੱਥੇ ਨਹੀਂ ਹੈ, ਉੱਥੇ ਮੈਂ ਕਣਕ ਖੁਦ ਦੇਖੀ ਆ, ਉਹ ਕਣਕ ਦਾ ਕੁਛ ਵੀ ਨਹੀਂ ਹੁੰਦਾ, ਥੱਲੇ ਸਿਰਫ ਉਹਨਾਂ ਨੇ ਇੱਕ ਚਾਦਰ ਦੀ ਵੱਟ ਕਰੀ ਹੁੰਦੀ ਆ, ਦੋ ਦੋ ਕਿੱਲੇ ਥਾਂ 'ਚ, ਤੇ ਉਹਦੇ ਵਿੱਚ ਖੁੱਲੇ ਟਰੱਕ ਆ ਕੇ ਡੋਲੀ ਜਾਂਦੇ ਆ, ਤੇ ਉੱਤੇ ਇੱਕ ਪੰਨਾ ਪਾਇਆ ਹੁੰਦਾ ਜੀ, ਤੇ ਉਹ ਇਹੋ ਜਿਹੇ ਥਾਂ ਤੇ ਬਣਾਇਆ ਹੁੰਦਾ ਸਟੋਰੇਜ ਵੀ, ਉੱਥੋਂ ਸਿੱਧੇ ਐਲੀਵੇਟਰਾਂ ਰਾਹੀਂ ਸਮੁੰਦਰੀ ਜਹਾਜ਼ਾਂ 'ਚ ਕਣਕ, ਕੋਈ ਬੋਰੀਆਂ 'ਚ ਨਹੀਂ ਕਣਕ ਪਾਉਂਦਾ, ਉੱਥੇ ਓਪਨ ਕਣਕ ਦੇ ਉਹਨੂੰ ਉਹ ਕੀਤੀ ਜਾਂਦੀ ਆ। ਜਿਹੜੀ ਅੱਜ ਦੀ ਛੋਟੀ ਖੇਤੀ ਅੰਗੂਰਾਂ ਦੀ, ਉਹ 'ਚ ਸਟੋਰੇਜ ਦੀ ਲੋੜ ਬਹੁਤ ਘੱਟ ਪੈਂਦੀ ਆ, ਜੇ ਤੁਸੀਂ ਵਾਈਨ ਲਈ ਆ, ਉਹ ਤਾਂ ਸਿੱਧੇ ਰਾਤ ਨੂੰ ਮਸ਼ੀਨ ਆਉਂਦੀ ਆ, ਤੋੜ ਕੇ ਵੈਨਰੀ ਚਲੇ ਜਾਂਦੇ ਆ, ਵੈਨਰੀ ਦੀ ਜ਼ਿੰਮੇਵਾਰੀ ਆ ਉਹਨੂੰ ਕ੍ਰੈਸ਼ ਕਰਕੇ ਉਹਨਾਂ ਦਾ ਜੂਸ ਬਣਾ ਕੇ ਉਸ ਤੋਂ ਬਾਅਦ ਉਹ ਪ੍ਰੋਸੈਸ 'ਚ ਲਿਆਉਂਦੀ ਆ। ਜੇ ਆ ਕੋਈ ਸਟੋਨ ਫਰੂਟ ਜਿਹਦੇ ਵੀ ਲੱਗਿਆ ਜੀ, ਜਾਂ ਆੜੂ ਆ ਗਿਆ ਜਾਂ ਕੋਈ ਵੀ ਇਸ ਜਾਤੀ ਦਾ ਆ ਗਿਆ, ਤਾਂ ਉਹਦੇ 'ਚ ਕੋਲਡ ਸਟੋਰ ਹਰ ਦੇ ਆਪਦਾ ਬਣਿਆ ਹੋਇਆ ਛੋਟਾ, ਜਿਹਦੇ 'ਚ ਕਿ 2-3 ਦਿਨ ਦੀ ਪੈਕਿੰਗ ਉਹਦੇ ਵਿੱਚ ਰਹਿ ਜਾਂਦੀ ਆ, ਤੇ ਉਸ ਤੋਂ ਬਾਅਦ ਉਹ ਮੰਡੀਕਰਨ ਹੋ ਜਾਂਦਾ, ਉਹਦੀ ਪੈਕਿੰਗ ਹੋ ਜਾਂਦੀ ਆ। ਜੀ, ਬਸ ਖੇਤੀਬਾੜੀ ਦੇ ਸਹਾਇਕ ਧੰਦਿਆਂ ਦੇ ਬਾਰੇ ਸਾਨੂੰ ਜ਼ਰੂਰ ਦੱਸੋ, ਉੱਧਰ ਕਿਹੜੇ ਕਿਹੜੇ ਨੇ, ਜਿਵੇਂ ਇੱਧਰ ਸਾਡੇ ਇੱਧਰ ਜੇ ਲਈਏ ਤਾਂ ਮੁਰਗੀ ਪਾਲਣ, ਮੱਛੀ ਪਾਲਣ ਹੋ ਗਿਆ। ਹਾਂਜੀ,
ਉੱਥੇ ਜੇ ਤੁਸੀਂ ਇੱਦਾਂ ਕੰਮ ਕਰੋਗੇ ਨਾ, ਇੱਕ ਕੰਮ ਕਰਕੇ ਤੇ ਦੂਜਾ ਨਾਲ ਛੋਟਾ ਜਿਹਾ ਕਰੋਗੇ ਤਾਂ ਤੁਸੀਂ ਸਕਸੈਸ ਨਹੀਂ ਹੋ ਸਕਦੇ। ਤੁਹਾਨੂੰ ਸਕਸੈਸ ਹੋਣ ਲਈ, ਤੁਹਾਨੂੰ ਪਰਪੱਕ ਹੋਣ ਲਈ ਪੂਰਾ ਹੀ ਕੰਮ ਕਰਨਾ ਪੈਣਾ, ਅਧੂਰਾ ਕੰਮ ਨਹੀਂ ਤੁਸੀਂ ਇੱਥੇ ਕਰ ਸਕਦੇ। ਇਸੇ ਲਈ ਜੇ ਡੈਰੀ ਫਾਰਮ ਤਾਂ ਡੈਰੀ ਫਾਰਮ ਚਲਾਉਂਦਾ ਬੰਦਾ, ਉਹਦੇ ਕੋਲ 500 ਗਾਂ ਤੇ ਉਹ ਇੱਕ ਡੈਰੀ ਫਾਰਮ ਹੀ ਚਲਾਉਂਦਾ, ਉਹਨੂੰ ਸਹਾਇਕ ਧੰਦੇ ਦੇ ਤੌਰ ਤੇ ਨਹੀਂ ਹੈ। ਜੇ ਉਹ ਮੁਰਗੀ ਪਾਲਣਾ ਤਾਂ ਉਹਦਾ ਪੋਲਟਰੀ ਦਾ ਹੀ ਕੰਮ ਆ, ਉਸੇ ਚੀਜ਼ ਉਹਦੇ ਚ ਕਰ ਰਿਹਾ। ਸੋ ਇਸ ਢੰਗ ਦੀ ਜਿਹੜੀ ਚੀਜ਼ਾਂ ਨਾ, ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਮੈਂ 50 ਕਿੱਲੇ ਅੰਗੂਰ ਕਰਦਾ, ਪਹਿਲਾ ਟਾਈਮ ਕੁੱਕੜਾਂ ਦਾ ਖੁੱਡਾ ਵੀ ਬਣਾ ਰੱਖਿਆ, ਜੋ ਗਾਈਆਂ ਵੀ ਰੱਖ ਛੱਡੀਆਂ, ਉਹ ਇਹ ਜਿਹਾ ਕੁਛ ਨਹੀਂ ਹੈ। ਹਾਂ, ਸਹਾਇਕ ਧੰਦੇ ਕਰਨੇ ਪੈਂਦੇ ਆ ਜ਼ਿਮੀਦਾਰ ਨੂੰ, ਜ਼ਿਮੀਦਾਰ ਨੂੰ ਇਹ ਕਰਨੇ ਪੈਂਦੇ। ਅੰਗੂਰ ਆ ਇੱਕ ਸਾਲ ਚ ਇੱਕ ਵਾਰੀ ਆਉਣੇ ਉਹਨਾਂ ਨੇ, ਤੇ ਸਿਰਫ ਸਾਲ ਦੇ ਵਿੱਚ ਜੋੜੀਏ ਤਾਂ 1 ਮਹੀਨਾ ਕੰਮ ਆ, ਬਾਕੀ 11 ਮਹੀਨੇ ਕੀ ਕਰੋਗੇ ਤੁਸੀਂ? ਤਾਂ ਉਹ 11 ਮਹੀਨੇ ਜਿਹੜਾ ਉਸ ਮੁਲਕ ਦੇ ਵਿੱਚ ਬੰਦਾ ਆਦੀ ਹੋ ਜਾਂਦਾ, ਇੱਥੇ ਚਿੱਟੇ ਕੱਪੜੇ ਪਾ ਕੇ ਘੁੰਮਣ ਦੀ ਥਾਂ ਤੇ ਉਹ ਬੰਦਾ ਯੂਜ਼ ਟੂ ਹੋ ਜਾਂਦਾ, ਮੈਂ ਵਕਤ ਕਿਉਂ ਬਰਬਾਦ ਕਰਾਂ, ਮੈਂ ਇਹਨੂੰ ਯੂਜ਼ ਕਰਾਂ। ਤਾਂ ਉਹ ਫਿਰ ਨਾਲ ਕੋਈ ਇੰਡਸਟਰੀ ਹੋ ਜਾਏ ਉਹਦੇ 'ਚ ਕੰਮ ਕਰ ਲੈਂਦਾ। ਇੱਥੋਂ ਤੱਕ ਕਿ ਮੈਂ ਦੇਖਿਆ ਸਾਡਾ ਜਿਵੇਂ ਕੰਟਰੀ ਏਰੀਏ 'ਚ ਮੈਂ ਰਿਹਾ ਰਿਵਰਲੈਂਡ, ਉੱਥੇ ਪਿਕਿੰਗ ਦਾ ਕੰਮ ਬਹੁਤ ਮਿਲ ਜਾਂਦਾ। ਤਾਂ ਉਹ ਖੁਦ ਤੁਸੀਂ ਦੇਖੋਗੇ ਆਪਦੇ ਕੋਲ 100 ਕਿੱਲਾ ਜ਼ਮੀਨ ਆ, ਪਰ ਉਹ ਦੂਜੇ ਬਲਾਕ 'ਚ ਕਿਸੇ ਦੀ ਪਿਕਿੰਗ ਕਰਨ ਜਾਂਦੇ। ਬੁਰਾਈ ਨਹੀਂ ਮੰਨੀ ਜਾਂਦੀ ਕੰਮ ਨੂੰ, ਇੱਥੇ ਆਪਣੇ ਥੋੜ੍ਹੀ ਜਿਹੀ ਬੁਰਾਈ। ਫਿਰ ਜਿਹੜਾ 100 ਕਿੱਲਾ ਜ਼ਮੀਨ ਹੈ ਜਿਹਦੇ ਉੱਤੇ ਅੰਗੂਰ ਇੱਕ ਵਾਰੀ ਆਪਾਂ ਲਗਾ ਦਿੱਤੇ ਜੀ, ਉਹ ਤੋਂ ਬਾਅਦ ਵਿੱਚ ਅੰਗੂਰਾਂ ਦੀ ਖੇਤੀ ਇੱਕ ਵਾਰੀ ਕਰ ਲਈ ਆਪਾਂ ਜੀ, ਉਸ ਤੋਂ ਬਾਅਦ ਵਿੱਚ ਉਹ ਤੋੜ ਕੇ ਵਾਈਨ ਬਣਾਉਣ ਵਾਸਤੇ ਆਪਾਂ ਘੱਲ ਦਿੰਦੇ ਆ ਜੀ, ਤੇ ਉਸ ਤੋਂ ਬਾਅਦ ਵਿੱਚ ਫਿਰ ਵੇਟ ਕਰਦੇ ਆ 11 ਮਹੀਨੇ ਜੀ, ਜਾਂ ਫਿਰ ਉਹ ਜ਼ਮੀਨ ਦਾ ਕਿੱਦਾਂ ਉਪਯੋਗ ਕਰਦੇ ਆ? ਅੰਗੂਰ ਇੱਕ ਇਹੋ ਜਿਹਾ ਜੀ, ਇੱਕ ਵਾਰੀ ਲਾਓ ਤਕਰੀਬਨ ਜਿਹਦੇ ਵੀ ਪੱਤੇ ਝੜਦੇ ਆ, ਇਹ ਟੈਕਨੀਕਲ ਗੱਲਾਂ ਜ਼ਿਆਦਾ ਤਾਂ, ਪਰ ਮੈਂ ਇੱਕ ਬਰੀਫਲੀ ਕਹੂੰਗਾ, ਜਿਹਦੇ ਵੀ ਪੱਤੇ ਝੜਦੇ ਆ ਕਿਸੇ ਵੀ ਚੀਜ਼ ਦੇ, ਫੁੱਲ ਪੱਤ ਝੜਦੇ ਵਿੱਚ ਝੜ ਜਾਂਦੇ, ਉਹਦੀ ਲੰਮੀ ਉਮਰ ਹੁੰਦੀ ਆ। ਸੋ ਅੰਗੂਰ ਦੀ ਬੇਲ ਦੀ ਵੀ ਉਮਰ ਬਹੁਤ ਲੰਮੀ ਹੈ, ਇੱਥੋਂ ਤੱਕ ਵੀ 30-40 ਸਾਲ ਤਾਂ ਨੋਰਮਲ ਆ, 70-80 ਸਾਲ ਤੱਕ ਵੀ ਜਾ ਸਕਦੇ ਆ, ਟੈਕਨੀਕਲ ਹੋਰ ਵੀ ਹੋਣੀਆਂ ਗੱਲਾਂ। ਪਰ ਉਸ ਉਹਦੇ ਵਿੱਚ ਕੀ ਹੈ ਵੀ ਤੁਸੀਂ ਜਦੋਂ ਇੱਕ ਵਾਰੀ ਪਿਕਿੰਗ ਹੋ ਗਈ, ਉਦੋਂ ਬਾਅਦ 3-4 ਮਹੀਨੇ ਤੁਹਾਨੂੰ ਗੈਪ ਮਿਲ ਗਿਆ, ਤੁਸੀਂ ਮੁਲਕ ਘੁੰਮ ਸਕਦੇ ਹੋ, ਕੁਛ ਵੀ ਤੁਸੀਂ ਉਹਨਾਂ ਦੇ ਕੁਛ ਨਾ ਕਰੋ, ਕੰਪਿਊਟਰ ਨੂੰ ਸੈੱਟ ਕਰਿਆ, ਉਹਨੇ ਜਦੋਂ ਉਹਨੂੰ ਪਾਣੀ ਦੀ ਲੋੜ ਆ ਉਹਨੇ ਡ੍ਰਿਪ ਇਰੀਗੇਸ਼ਨ ਚਲਾ ਦੇਣੀ ਆ। ਉਸ ਤੋਂ ਬਾਅਦ ਫਿਰ ਜੂਨ ਦੇ ਵਿੱਚ ਜਾ ਕੇ ਟਾਈਮ ਆਉਂਦਾ ਉਹਦੀ ਪ੍ਰੂਨਿੰਗ ਕਰਨ ਦਾ, ਪ੍ਰੂਨਿੰਗ ਟਰੈਕਟਰ ਨਾਲ ਵੀ ਕੀਤੀ ਜਾਂਦੀ ਆ ਪਹਿਲਾਂ, ਫਿਰ ਉਸ ਤੋਂ ਬਾਅਦ ਉਹਦੀ ਸਫਾਈ ਹੱਥਾਂ ਨਾਲ ਕੀਤੀ ਜਾਂਦੀ ਆ, ਤੇ ਉਹਦੇ ਚ ਕੋਈ ਬੜਾ ਲੰਮਾ ਚੌੜਾ ਨਹੀਂ, ਇੱਕ ਫਨ ਟਾਈਪ ਵੀ ਮੰਨਿਆ ਜਾਂਦਾ। ਮਾਡਰਨ ਮਸ਼ੀਨਰੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਜੋਰ ਨਹੀਂ ਲੱਗਦਾ। ਫਿਰ ਉਸ ਤੋਂ ਬਾਅਦ ਜਦੋਂ ਅੰਗੂਰ ਫੁੱਟ ਆਉਂਦੇ ਆ ਜੁਲਾਈ ਅਗਸਤ ਦੇ ਵਿੱਚ ਜਾ ਕੇ, ਉਹ ਅੰਗੂਰਾਂ ਦੇ ਉੱਤੇ ਉੱਥੇ ਰੌਣਕ ਲੱਗ ਜਾਂਦੀ ਆ, ਫਿਰ ਸਪਰੇਆਂ ਦਾ ਕੰਮ ਸ਼ੁਰੂ ਹੋ ਜਾਂਦਾ। ਸਪਰੇਆਂ ਦੀ ਡਿਪੈਂਡ ਕਰਦਾ, ਜੇ ਤਾਂ ਬਰਸਾਤਾਂ ਹੋ ਗਈਆਂ ਕਿਸੇ ਸਾਲ ਜ਼ਿਆਦੇ ਤਾਂ ਸਪਰੇਆਂ 8-10 ਤੱਕ ਚਲੀਆਂ ਜਾਂਦੀਆਂ, ਜੇ ਖੁਸ਼ਕ ਰਿਹਾ ਮੌਸਮ ਤਾਂ 3 ਜਾਂ 4 ਸਪਰੇਆਂ, ਉਹ ਵੀ ਟਰੈਕਟਰ ਨਾਲ ਕਰਨੀਆਂ, ਡੀਸੀ ਕੈਬਨ ਆ ਵੱਡੇ ਤੇ ਉਹਦੇ 'ਚ ਵੱਡੇ ਸਪਰੇ ਪਲਾਂਟ ਆ, ਬੰਦਾ ਇੱਕ ਬੰਦਾ 50 ਕਿੱਲਿਆਂ 'ਚ 5-6 ਘੰਟਿਆਂ ਦੇ ਵਿੱਚ ਸਪਰੇ ਕਰਕੇ ਚਲਾ ਜਾਂਦਾ। ਸੋ ਉਹ ਸਪਰੇਆਂ ਦੀ ਤੁਸੀਂ ਕੋਈ ਬੜਾ ਵੱਡਾ ਕੰਮ ਨਾ ਮੰਨੋ। ਫਿਰ ਜਾ ਕੇ ਉਹਦੀ ਸ਼ੂਗਰ ਚੈੱਕ ਦਾ ਟਾਈਮ ਹੁੰਦਾ, ਉਹ ਵੀ ਇੱਕ ਫਾਣ ਆ ਵੀ ਤੁਸੀਂ 4 ਅੰਗੂਰ ਤੋੜੇ ਦੀ ਸ਼ੂਗਰ ਦੇਖੀ ਕਿੰਨੀ ਆ, ਉਹਦਾ ਨਾਲ ਨਾਲ ਸਾਨੂੰ ਵਾਈਨਰੀ ਨੂੰ ਰਿਕਾਰਡ ਭੇਜਣਾ ਪੈਂਦਾ ਵੀ ਆਹ ਸਪਰੇ ਕੀਤੀ, ਇੰਨੀ ਸ਼ੂਗਰ ਆ। ਹੁਣ ਇਹ ਨਹੀਂ ਵੀ ਕੋਈ ਚੀਜ਼ ਤੁਸੀਂ ਲੁਕੋ ਲਓ, ਕੰਪਿਊਟਰ ਜ਼ਰੀਏ ਫੈਕਸ ਜ਼ਰੀਏ ਜਿਵੇਂ ਵੀ ਤੁਸੀਂ ਜੁੜਿਆ ਉਹਨਾਂ ਨੂੰ ਰਿਕਾਰਡ ਭੇਜਣਾ ਪਊ। ਜਿਸ ਦਿਨ ਵਾਈਨਰੀ ਨੂੰ ਪਤਾ ਲੱਗ ਗਿਆ ਵੀ ਸ਼ੂਗਰ ਉਹ ਆ ਗਈ ਜਿੱਥੇ ਵਾਈਨ ਲਈ ਚਾਹੀਦੀ ਆ, ਉਸ ਦਿਨ ਤੁਹਾਨੂੰ ਉਹ ਵਾਈਨਰੀ ਦੇ ਦੂਗੀ ਇਜਾਜ਼ਤ ਤੋੜਨ ਦੀ। ਤੋੜਨ ਵਾਲੀਆਂ ਵੀ ਮਸ਼ੀਨਾਂ ਜੀ, ਉਹ ਲਾਈਨ ਦੇ ਉੱਤੇ ਚੜ ਜਾਂਦੀਆਂ, ਰਾਤ ਨੂੰ ਤੋੜਿਆ ਜਾਂਦਾ ਅੰਗੂਰ, ਕਿਉਂਕਿ ਦਿਨੇ ਗਰਮੀ ਹੁੰਦੀ ਆ, ਜੂਸ ਕਈ ਵਾਰੀ ਖਰਾਬ ਹੁੰਦਾ, ਤਾਂ ਰਾਤ ਨੂੰ ਤੋੜ ਕੇ ਮਸ਼ੀਨ ਨਾਲ ਉਹ ਟਰੱਕ ਤੇ ਸਾਰਾ ਕੁਛ ਹੀ ਉਹਦੇ ਕੋਲ ਅੰਦਰ ਲੈ ਜਾਂਦੇ ਆ। ਤੁਹਾਨੂੰ ਤਾਂ ਘਰੇ ਸੁਬਹ ਫੈਕਸ ਆਈ ਪੀ ਹੁੰਦੀ ਆ ਜਾਂ ਈਮੇਲ ਆਈ ਪੀ ਹੁੰਦੀ ਆ, ਇੰਨੇ ਟਨ ਹੋ ਗਏ, ਇੰਨੇ ਟਨ ਹੋ ਗਏ, ਬਹੁਤ ਵਧੀਆ ਰੂਲਸ ਰੈਗੂਲੇਸ਼ਨ ਦੇ ਉੱਤੇ। ਹੁਣ ਇਹ ਦੱਸੋ ਵੀ ਖੇਤੀ ਵਿੱਚ ਸਰਕਾਰ ਦੀ ਕਿੰਨੀ ਕੁ ਸ਼ਮੂਲੀਅਤ ਹੈ, ਕੀ ਕੀ ਸਹੂਲਤਾਂ ਦਿੰਦੀ ਹੈ ਸਰਕਾਰ ਵਿਦੇਸ਼ਾਂ ਵਿੱਚ ਸਾਡੇ ਕਿਸਾਨ ਭਰਾਵਾਂ ਨੂੰ? ਦੇਖੋ,
ਡਿਪੈਂਡ ਕਰਦਾ ਵੀ ਤੁਸੀਂ ਕਿਹੋ ਜਿਹੀ ਖੇਤੀ ਕਰਦੇ ਆ। ਸਹੂਲਤਾਂ ਸਰਕਾਰ ਬਹੁਤ ਦਿੰਦੀ ਹੈ, ਪਿੱਛੇ ਜੇ ਡਰਾਊਟ ਪਈ 4 ਜਾਂ 5 ਸਾਲ ਬਰਸਾਤ ਘੱਟ ਹੋਈ, ਹਾਲਾਂਕਿ ਪਾਣੀ ਨਦੀ 'ਚ ਬਹੁਤ ਸੀ, ਪਰ ਸਰਕਾਰ ਨੱਕ ਤੱਕ ਨਹੀਂ ਸੋਚਦੀ, ਕਾਫੀ ਲੰਮਾ ਸੋਚਦੀ ਹੈ ਵੀ ਅਸੀਂ ਇਹ ਪਾਣੀ ਨੂੰ ਕਿਵੇਂ ਬਚਾਈਏ। ਤਾਂ ਪਾਣੀ ਨੂੰ ਬਚਾਉਣ ਲਈ ਉਹਨਾਂ ਨੇ ਉਹਨੂੰ ਡ੍ਰਿਪ 'ਚ ਲੈ ਕੇ ਆਏ, ਰਿਸਟ੍ਰਿਕਸ਼ਨਾਂ ਲਾਈਆਂ ਵੀ ਕਾਰਾਂ ਨਹੀਂ ਘਰੇ ਧੋਣੀਆਂ, ਕਿੰਨੇ % ਤੁਸੀਂ ਯੂਜ਼ ਕਰ ਸਕਦੇ ਹੋ, ਇਸ ਢੰਗ ਨਾਲ ਜਿਹੜਾ ਉਹਨੂੰ ਯੂਜ਼ ਦੇ ਵਿੱਚ ਲਿਆਏ ਜੀ। ਤੇ ਇਹ ਜਿਹੜੀਆਂ ਤਰੀਕੇ ਜੋ ਸਰਕਾਰਾਂ ਕਿਉਂ ਕਰਦੀਆਂ, ਤਾਂ ਕਿ ਲੰਮੇ ਟਰਮ ਤੇ ਜ਼ਿਮੀਦਾਰ ਕਾਮਯਾਬ। ਫਿਰ ਸਰਕਾਰ ਨੇ ਦੇਖਿਆ ਪਾਣੀ ਨਾਲ ਇਹਨਾਂ ਨੂੰ ਲੋਸ ਹੋਊਗਾ, ਇਹਦੀ ਫਸਲ ਨਹੀਂ ਹੋਣੀ ਜੀ। ਤਾਂ ਸਰਕਾਰ ਨੇ ਸਾਰੀ ਫੈਮਿਲੀ ਨੂੰ ਅਸਿਸਟੈਂਟ ਸ਼ੁਰੂ ਕਰਤੀ, $200-$400 ਪਰ ਵੀਕ ਬੈਠਿਆਂ ਨੂੰ ਅਸਿਸਟੈਂਟ ਵੀ, ਤਾਂ ਐਤਕੀ ਡਰਾਊਟ ਪਈ, ਉਹ 4 ਸਾਲ ਅਸਿਸਟੈਂਟ ਦਿੰਦੀ ਰਹੀ ਜੀ। ਹੁਣ ਤੇਲ ਪਾਣੀ ਦੀ ਗੱਲ ਆਉਂਦੀ ਹੈ, ਡੀਜ਼ਲ ਆ, ਉਹਦੇ ਤੇ ਬੜੀ ਕਿਸਾਨ ਲਈ ਸਬਸਿਡੀ ਆ, ਕਿਸਾਨ ਕੀ ਕਰਦਾ, ਕਾਰ ਵੀ ਜਿਹੜੀ ਨਿੱਜੀ ਕਾਰ ਹੁੰਦੀ ਉਹ ਵੀ ਡੀਜ਼ਲ ਦੀ ਲੈਂਦਾ ਰੱਖਦਾ। ਬਰਾੜ ਸਾਹਿਬ, ਹੁਣ ਆਪਣੇ ਕੋਲ ਡਾਕੂਮੈਂਟ ਹੈਗੇ ਆ, ਤੇ ਉਹਦੇ ਵਿੱਚ ਤੁਹਾਡੇ ਕੋਲੋਂ ਸੰਦੇਸ਼ ਇੱਕ ਪ੍ਰੇਰਣਾ ਦਾ ਜਿਹੜਾ ਹੈਗਾ ਆ ਉਹ ਅਸੀਂ ਜ਼ਰੂਰ ਲੈਣਾ ਚਾਹਾਂਗੇ, ਕਿਉਂਕਿ ਖੇਤੀਬਾੜੀ ਸਾਡੇ ਜਿਹੜੇ ਕਿਸਾਨ ਕਰਦੇ ਨੇ ਉਹਨਾਂ ਦੇ ਵਾਸਤੇ ਕੋਈ ਲਾਹੇਵੰਦ ਕੋਈ ਗੱਲਾਂ ਜਿਹੜੀਆਂ ਦੱਸਣਾ ਚਾਹੁੰਦੇ ਜੀ? ਬਿਲਕੁਲ, ਬੜੀ ਛੇਤੀ ਟਾਈਮ ਭਜਦਾ ਤੁਹਾਡੇ ਪਿੰਡ। ਚਲੋ ਜ਼ਰੂਰ ਜੀ, ਗੱਲਾਂ ਤਾਂ ਬਹੁਤ ਜ਼ਿਆਦਾ ਆ ਇਸ ਲਾਈਨ ਦੇ ਵਿੱਚ। ਮੈਂ ਪਹਿਲਾਂ ਤਾਂ ਇਹ ਕਹੂੰਗਾ ਵੀ ਕੋਈ ਝਿਜਕ ਨਹੀਂ ਜੀ, ਅੱਜ ਕੱਲ੍ਹ ਆਧੁਨਿਕਤਾ ਦੇ ਦੌਰ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਕਿਸੇ ਨੂੰ ਵੀ ਫੇਸਬੁੱਕ ਜ਼ਰੀਏ ਜਿੱਥੇ ਵੀ ਲੱਭ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ, ਸਾਨੂੰ ਖੁਸ਼ੀ ਹੋਊਗੀ ਤੇ ਅਸੀਂ ਤੁਹਾਨੂੰ ਕੋਈ ਜਾਣਕਾਰੀ ਦੇ ਸਕੀਏ। ਦੂਜੀ ਗੱਲ ਇਹ ਆ ਜਾਂਦੀ ਹੈ ਵੀ ਮੈਂ ਇੱਥੇ ਸੁਣਾਈ ਜਾਂਦਾ, ਹੋ ਸਕਦਾ ਵੀ ਮੈਂ ਇਕੱਲੇ ਜ਼ਿਆਦਾ ਪੋਜ਼ਿਟਿਵ ਪੱਖ ਹੀ ਸੁਣਾ ਗਿਆ ਹੋਵਾਂ, ਇਹ ਨਹੀਂ ਹੁੰਦਾ ਵੀ ਨੈਗੇਟਿਵ ਪੱਖ ਨਾ ਹੋਵੇ, ਚੰਗਾ ਮਾੜਾ ਠੰਡ ਗਰਮੀ ਇਹ ਕੁਝ ਇੱਕ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਚੱਲਦੀਆਂ। ਸੋ ਉੱਥੇ ਵੀ ਬਹੁਤ ਸਾਰੀਆਂ ਕਮੀਆਂ ਹਨ, ਕਮੀਆਂ ਉਹਨਾਂ ਲਈ ਆ ਜੋ ਪੱਕਾ ਇਰਾਦਾ ਨਹੀਂ ਰੱਖਦਾ। ਜੇ ਤੁਹਾਡੇ ਕੋਲ ਇਰਾਦਾ ਪੱਕਾ, ਫਿਰ ਨਾ ਇੱਥੇ ਕਮੀ ਆ ਤੇ ਨਾ ਉੱਥੇ ਕਮੀ ਆ, ਸੋ ਫਿਰ ਤੁਸੀਂ ਇੱਥੇ ਵੀ ਕੈਲੀਫੋਰਨੀਆ ਬਣਾ ਸਕਦੇ ਹੋ ਜੇ ਤੁਸੀਂ ਉਸ ਢੰਗ ਨਾਲ ਚੱਲਦੇ ਹੋ। ਸੋ ਮੈਂ ਇਹੀ ਕਹੂੰਗਾ ਖਾਸ ਕਰਕੇ ਸਾਡੇ ਯੂਥ ਨੂੰ ਵੀ ਤੁਸੀਂ ਵਿਦੇਸ਼ ਨੂੰ ਆਓ, ਜਦੋਂ ਜੀ ਸੱਦ ਕੇ ਆਓ, ਪਰ ਇੱਕ ਤਾਂ ਅੱਖਾਂ ਖੋਲ ਕੇ ਪੱਕੇ ਪੈਰੀ ਤੇ ਆਪਦੇ ਆਪ ਨੂੰ ਇਹ ਬਣਾ ਕੇ ਆਓ ਵੀ ਮੈਂ ਸਾਰਾ ਕੁਛ ਹੀ ਮੈਨੂੰ ਉੱਥੇ ਹੁਣ ਝੱਲਣਾ ਪਊਗਾ, ਕਿਉਂਕਿ ਜ਼ਿੰਦਗੀ ਸੁਖਾਲੀ ਨਹੀਂ ਹੁੰਦੀ ਸ਼ੁਰੂਆਤ ਦੌਰ 'ਚ, ਵਿਦੇਸ਼ 'ਚ ਔਖੀ ਹੁੰਦੀ ਆ। ਜਿਹੜੀ ਸਾਡੀ ਇੱਕ ਬਣੀ ਹੋਈ ਆ ਗੱਲ ਵੀ ਸਾਨੂੰ ਤਾਂ ਵਿਦੇਸ਼ ਟੱਪ ਕੇ ਆਉਣ ਦਾ ਕੁਛ ਹੀ ਨਹੀਂ ਹੋਣਾ ਹੁੰਦਾ, ਬਸ ਸਾਡਾ ਇੰਸ਼ੋਰੈਂਸ ਹੋ ਗਈ, ਪਰ ਇਹ ਗੱਲ ਨਹੀਂ ਹੈ। ਜੇ ਇਹ ਗੱਲ ਹੁੰਦੀ, ਅਸੀਂ ਉੱਥੇ ਸਾਫ਼ ਖਾਣੇ ਪੀਂਦੇ ਹਾਂ, ਸਾਫ਼ ਵਾਤਾਵਰਨ 'ਚ ਰਹਿੰਦੇ ਹਾਂ, ਸਾਰਾ ਕੁਛ ਵਧੀਆ, ਤੇ ਕੀ ਉੱਥੇ ਹਸਪਤਾਲ ਨਹੀਂ ਜਾਂਦਾ ਕੋਈ? ਉੱਥੇ ਹਸਪਤਾਲਾਂ 'ਚ ਵੀ ਥਾਂ ਨਹੀਂ ਹੈਗੀ। ਸੋ ਹਰ ਚੀਜ਼ ਹਰ ਥਾਂ ਦੇ ਉੱਤੇ ਆ, ਇਹ ਚੀਜ਼ਾਂ ਮੰਨ ਕੇ ਇਸ ਢੰਗ ਨਾਲ ਜਦੋਂ ਮਰਜ਼ੀ ਵਿਦੇਸ਼ ਆਓ, ਵਿਦੇਸ਼ ਤੁਹਾਡਾ ਸਵਾਗਤ ਕਰੂਗਾ। ਜੇ ਨਹੀਂ ਵੀ ਆਉਣਾ ਵਿਦੇਸ਼, ਤਾਂ ਵਿਦੇਸ਼ ਵਾਲੀ ਸਕੀਮ ਬਣਾ ਲਓ ਜੀ। ਇੰਨੀਆਂ ਵਧੀਆ ਵਧੀਆ ਔਰ ਇੰਨੀਆਂ ਜਿਹੜੀਆਂ ਸੂਝਵਾਨੀਆਂ ਤੋਂ ਨਾਲ ਭਰਪੂਰ ਗੱਲਾਂ ਦੱਸੀਆਂ, ਪੂਰੀ ਦਰਸ਼ਕਾਂ ਦੀ ਆਵਾਮ ਜਿਹੜੀ ਹੈਗੀ ਹੈ ਤੁਹਾਨੂੰ ਸੁਣ ਰਹੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ।